ਗੁਰਵਿੰਦਰ ਸਿੰਘ ਦੀ ਲਿਖੀ ਸੱਚੀ ਕਹਾਣੀ ਹੈ ਮੀਆਂ ਹਿੰਡ ਬੁਰੀ ਹੁੰਦੀ। ਸਮਰਪਿਤ ਹੈ ਅੱਲੜ ਉਮਰ ਦੇ ਅਣਭੋਲ ਮਾਸੂਮ ਤੇ ਦੁਨੀਆਂ ਦੇ ਕਰੂਰ ਚਿਹਰੇ ਦੀ ਸਮਝ ਨਾ ਰੱਖਣ ਵਾਲੇ ਉਹਨਾਂ ਸੁੱਚੇ ਜਜ਼ਬਿਆਂ ਵਾਲੇ ਬੱਚਿਆਂ ਦੇ ਨਾਂ ਜਿਹੜੇ ਆਪਣੇ ਮਾਪਿਆਂ ਖਾਸ ਕਰਕੇ ਪਿਓਆਂ ਦੀ ਹਿੰਡ ਦੀ ਬਲੀ ਚੜ ਗਏ। ਅੰਗ ਪਹਿਲਾ। ਜਦੋਂ ਗੁਰਵਿੰਦਰ ਦਾ ਆਪਣੇ ਨਾਨਕੇ ਘਰ ਜਨਮ ਹੋਇਆ ਤਾਂ ਸਾਰੇ ਪਿੰਡ ਨੂੰ ਜਿਵੇਂ ਚਾਅ ਚੜ ਗਿਆ। ਲੋਕਾਂ ਨੇ ਕਿਹਾ ਇਹਨਾਂ ਦਾ ਤਾਂ ਕੋਈ ਭੁੱਜਿਆ ਦਾਣਾ ਹਰਾ ਹੋ ਗਿਆ, ਕਿਉਂਕਿ ਇਸ ਤੋਂ ਪਹਿਲਾਂ ਉਹਦੇ ਨਾਨੇ ਦੇ ਵੀ ਕੋਈ ਲੜਕਾ ਨਹੀਂ ਸੀ। ਨਾਨੇ ਦੇ ਦੋ ਲੜਕੀਆਂ ਸਨ। ਗੁਰਵਿੰਦਰ ਦੀ ਮਾਸੀ ਨੂੰ ਵਿਆਹੀ ਨੂੰ ਵੀ ਕਾਫ਼ੀ ਸਾਲ ਹੋ ਚੁੱਕੇ ਸਨ, ਉਹਦੇ ਵੀ ਕੋਈ ਔਲਾਦ ਨਹੀਂ ਸੀ। ਇਸੇ ਤਰ੍ਹਾਂ ਗੁਰਵਿੰਦਰ ਦੀ ਨਾਨੀ ਦੇ ਤਿੰਨ ਭਰਾ ਸਨ। ਤਿੰਨੋਂ ਭਰਾਵਾਂ ਦੇ 10 ਕੁੜੀਆਂ ਅਤੇ 1 ਲੜਕਾ ਸੀ। ਇਸ ਕਰਕੇ ਪਿੰਡ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਏ ਜੋ ਇਸ ਲੜਕੇ ਨੂੰ ਸ਼ਗਨ ਨਾ ਦੇ ਕੇ ਗਿਆ ਹੋਵੇ। ਜਿਸ ਦਿਨ ਗੁਰਵਿੰਦਰ ਦਾ ਜਨਮ ਹੋਇਆ ਉਸ ਦਿਨ ਮੀਂਹ ਪੈ ਰਿਹਾ ਸੀ, ਇਸ ਲਈ ਪਹਿਲਾ ਨਾਮ ਉਹਦਾ ਵਰਖਾ ਰੱਖਿਆ ਗਿਆ। ਫਿਰ ਉਹਦੀ ਮਾਸੀ ਨੇ ਨਾਮ ਉੱਤਮ ਕਰ ਦਿੱਤਾ, ਬਾਅਦ ਵਿੱਚ ਬਦਲ ਕੇ ਜਗਜੋਤ ਕਰ ਦਿੱਤਾ ਅਤੇ ਜਦੋਂ ਆਪਣੇ ਪਿੰਡ ਗਿਆ ਤਾਂ ਉਹਦੇ ਬਾਪ ਨੇ ਨਾਮ ਫਿਰ ਬਦਲ ਕੇ ਗੁਰਵਿੰਦਰ ਰੱਖ ਦਿੱਤਾ, ਪਰ ਉਹਦੇ ਨਾਨਕੇ ਪਿੰਡ 'ਚ ਉਹਦਾ ਨਾਮ ਜਗਜੋਤ ਹੀ ਪ੍ਰਚਲਿਤ ਹੋ ਗਿਆ। ਜਗਜੋਤ ਤਾਂ ਕੋਈ ਕੋਈ ਆਖਦਾ, ਬਹੁਤੇ ਲੋਕ ਜੋਤ ਜਾਂ ਜੋਧ ਹੀ ਆਖਦੇ। ਅੰਗ ਦੂਸਰਾ। ਗੁਰਵਿੰਦਰ ਦੇ ਨਾਨਕੇ ਪਿੰਡ ਸੜਕ ਦੇ ਇੱਕ ਪਾਸੇ ਸਿਰਫ 2 ਹੀ ਘਰ ਸੀ। ਸੜਕ ਦੇ ਦੂਜੇ ਪਾਸੇ ਵਾਲੀ ਸਾਈਡ ਪਿੰਡ ਵਸਦਾ ਸੀ। ਉਪਰੋਕਤ 2 ਘਰਾਂ 'ਚੋਂ 1 ਗੁਰਵਿੰਦਰ ਦੇ ਨਾਨੇ ਦਾ ਸੀ ਅਤੇ ਦੂਜਾ ਮੁਸਲਮਾਨ ਭਰਾਈਆਂ ਦਾ ਸੀ। ਮੁਸਲਮਾਨ ਭਰਾਈਆਂ ਦਾ ਇੱਕ ਮੁੰਡਾ ਵੀ ਗੁਰਵਿੰਦਰ ਦੀ ਹਾਣ ਦਾ ਸੀ, ਕਿਉਂਕਿ ਗੁਰਵਿੰਦਰ ਦਾ ਮੁੱਢਲਾ ਬਚਪਨ ਜ਼ਿਆਦਾ ਆਪਣੇ ਨਾਨਕੇ ਪਿੰਡ ਹੀ ਬੀਤਿਆ। ਇਸ ਕਰਕੇ ਗੁਰਵਿੰਦਰ ਆਪਣੇ ਮੁਸਲਮਾਨ ਦੋਸਤ ਕੋਲ ਉਹਨਾਂ ਦੇ ਘਰ ਹੀ ਜ਼ਿਆਦਾ ਖੇਡਦਾ ਰਹਿੰਦਾ। ਮੁਸਲਮਾਨ ਭਰਾਈਆਂ ਦੇ ਮੁੰਡੇ ਦਾ ਨਾਮ ਭੀਮ ਸੀ। ਉਹ ਕਿੰਨੀ ਵਾਰ ਰੋਟੀ ਵੀ ਉਹਨਾਂ ਦੇ ਘਰ ਹੀ ਖਾ ਲੈਂਦਾ। ਭੀਮ ਦਾ ਸਾਰਾ ਪਰਿਵਾਰ ਗੁਰਵਿੰਦਰ ਨੂੰ ਆਪਣੇ ਘਰ ਦਾ ਜੀ ਹੀ ਸਮਝਣ ਲੱਗ ਪਿਆ। ਗੁਰਵਿੰਦਰ ਨੂੰ ਪਹਿਲੀ ਜਮਾਤ 'ਚ ਦਾਖਲਾ ਵੀ ਆਪਣੇ ਨਾਨਕੇ ਪਿੰਡ ਦੇ ਸਕੂਲ 'ਚ ਦਵਾਇਆ ਗਿਆ। ਇਸ ਤਰ੍ਹਾਂ ਸਕੂਲ 'ਚ ਵੀ ਕਈ ਨਿਆਣੇ ਉਹਦੇ ਮਿੱਤਰ ਬਣ ਗਏ। 10ਵੀਂ ਵਾਲੇ ਦਿਨ ਗੁਰਵਿੰਦਰ ਦਾ ਨਾਨਾ ਸਵੇਰੇ ਸਾਜਰੇ ਉੱਠ ਕੇ ਦਹੀਂ ਨਾਲ ਵੀ ਬਾਬੇ ਸ਼ਹੀਦਾਂ ਨੂੰ ਨੁਹਾ ਕੇ ਆਉਂਦਾ ਹੁੰਦਾ ਸੀ। ਉਹ ਆਪਣੇ ਨਾਲ ਆਪਣੇ ਦੋਹਤੇ ਨੂੰ ਵੀ ਲੈ ਜਾਂਦਾ ਸੀ। ਇਸ ਤਰ੍ਹਾਂ 10ਵੀਂ ਵਾਲੇ ਦਿਨ ਸ਼ਾਮ ਵੇਲੇ ਗੁਰਵਿੰਦਰ ਦੀ ਨਾਨੀ ਪ੍ਰਸ਼ਾਦ ਬਣਾ ਕੇ, ਆਟੇ ਦੇ 2 ਦੀਵੇ ਬਣਾ ਕੇ ਅਤੇ ਕੜਛੇ 'ਚ ਮੱਘ ਦਾ ਗੋਹਾ ਲੈ ਕੇ ਸ਼ਹੀਦਾਂ 'ਤੇ ਮੱਥਾ ਟੇਕਣ ਜਾਂਦੀ। ਗੁਰਵਿੰਦਰ ਉਹਦੇ ਨਾਲ ਅੱਗ ਵਾਲਾ ਕੜਛਾ ਚੁੱਕ ਕੇ ਤੁਰਦਾ। ਇਸ ਤੋਂ ਬਿਨਾਂ ਕਈ ਵਾਰ ਆਟੇ ਦੇ ਚੁੰਗੜਿਆਂ ਵਿੱਚ ਲਗਾਉਣ ਵਾਸਤੇ ਰੂੰ ਦੀਆਂ ਬੱਤੀਆਂ ਵੀ ਵੱਟ ਦਿੰਦਾ ਸੀ। 10ਵੀਂ ਵਾਲੇ ਦਿਨ ਬਾਬੇ ਸ਼ਹੀਦਾਂ 'ਤੇ ਮੱਥਾ ਪਿੰਡ ਦੇ ਕਾਫ਼ੀ ਹੋਰ ਲੋਕ ਵੀ ਟੇਕਦੇ ਸਨ ਅਤੇ ਬਹੁਤ ਸਾਰੇ ਲੋਕ ਹੋਰਨਾਂ ਪਿੰਡਾਂ ਤੋਂ ਵੀ ਆਉਂਦੇ ਸਨ। ਇਹ ਬਾਬੇ ਸ਼ਹੀਦ ਗੁਰਵਿੰਦਰ ਦੇ ਨਾਨੇ ਦੀ ਕੁੱਲ ਵਿੱਚੋਂ ਸਨ, ਪਰ ਮਨ ਦੇ ਇਹਨਾਂ ਨੂੰ ਹੋਰ ਲੋਕ ਵੀ ਸਨ। ਇਹ ਸ਼ਹੀਦ ਬਾਬੇ ਗੁਰਵਿੰਦਰ ਦੇ ਨਾਨਕਾ ਖਾਨਦਾਨ ਵਿੱਚੋਂ ਸਨ। ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਹੇ ਸਨ ਅਤੇ ਇਹਨਾਂ ਦੀ ਸ਼ਹੀਦੀ ਸਵੇਰੇ ਸੂਰਜ ਚੜ੍ਹਦੇ ਨਾਲ ਹੋਈ ਸੀ। ਗੁਰਵਿੰਦਰ ਦੇ ਨਾਨਾ ਨਾਨੀ ਸਮੇਤ ਕੁਝ ਹੋਰਨਾਂ ਲੋਕਾਂ ਨੂੰ ਵੀ ਇਹਨਾਂ ਨੇ ਪ੍ਰਤੱਖ ਦਰਸ਼ਨ ਦਿੱਤੇ ਹੋਏ ਸਨ। ਇਹਨਾਂ ਦੀ ਸ਼ਕਤੀ ਦੀਆਂ ਲੋਕ ਸੈਂਕੜੇ ਕਹਾਣੀਆਂ ਸੁਣਾਉਂਦੇ ਸਨ। ਗੁਰਵਿੰਦਰ ਵੀ ਇਹਨਾਂ ਦੀ ਸ਼ਕਤੀ ਦੀਆਂ ਕਈ ਕਹਾਣੀਆਂ ਦਾ ਗਵਾਹ ਹੈ, ਜਿਨ੍ਹਾਂ 'ਚੋਂ ਇੱਕ ਇੱਥੇ ਦੱਸੀ ਜਾ ਰਹੀ ਹੈ। ਗੁਰਵਿੰਦਰ ਉਦੋਂ 7ਵੀਂ ਜਮਾਤ 'ਚ ਪੜ੍ਹਦਾ ਸੀ ਜਦੋਂ ਉਹਦੇ ਨਾਨਕੇ ਪਿੰਡ ਉਹਨਾਂ ਦੇ ਖੇਤ 'ਚ ਮੋਟਰ ਲੱਗਣੀ ਸੀ। ਉਹਨਾਂ ਨੇ ਆਪਣੇ ਖੇਤ 'ਚ ਬੋਰਾਂ ਵਾਲਿਆਂ ਤੋਂ ਬੋਰ ਕਰਾਉਣਾ ਸ਼ੁਰੂ ਕੀਤਾ। ਤੀਜੇ ਇੱਕ ਦਿਨ 10 ਵਜੇ ਬੋਰ ਕਰਨ ਵਾਲਾ ਮਕੈਨਿਕ ਕਹਿਣ ਲੱਗਾ ਕਿ ਤੁਸੀਂ ਮੰਡੀ ਤੋਂ ਜਾ ਕੇ ਮਾਲ ਲੈ ਆਓ, ਤੀਜੇ ਇੱਕ ਪੈਰ ਤੱਕ ਬੋਰ ਹੋ ਜਾਏਗਾ, ਬਾਅਦ 'ਚ ਆਪਾਂ ਮਾਲ ਪਾ ਦੇਵਾਂਗੇ। ਗੁਰਵਿੰਦਰ ਦੇ ਚਾਚੇ ਉਰੀ ਮਾਲ ਲੈਣ ਵਾਸਤੇ ਮੰਡੀ ਚਲੇ ਗਏ। ਕੀ ਹੋਇਆ ਕਿ ਦੁਪਹਿਰ ਵੇਲੇ ਬੋਰ ਵਾਲੇ ਪਾਈਪ ਹੇਠਾਂ ਜਾਣੇ ਇੱਕਦਮ ਬੰਦ ਹੋ ਗਏ। ਦੁਪਹਿਰ ਵੇਲੇ ਹੀ ਬੋਰ ਵਾਲੇ ਪਾਈਪ ਹੇਠਾਂ ਜਾਣੇ ਇੱਕਦਮ ਬੰਦ ਹੋ ਗਏ। ਉਹ ਇੱਕ ਥਾਂ ਰੁਕ ਗਏ। ਮਿਸਤਰੀ ਨੇ ਬੋਰ ਵਾਲੇ ਪਾਈਪ ਨਾਲ 2 ਲੱਕੜ ਦੇ ਪੀਸ ਬੰਨ੍ਹ ਕੇ ਉਹਨਾਂ ਉੱਪਰ ਖਲ ਵਾਲੀਆਂ ਮਿੱਟੀ ਦੀਆਂ 2 ਬੋਰੀਆਂ ਭਰ ਕੇ ਰੱਖ ਦਿੱਤੀਆਂ। ਇਹਨਾਂ ਨਾਲ ਜੇ ਕੋਈ ਰੋੜ ਵਗੈਰਾ ਹੋਵੇ ਤਾਂ ਵਜ਼ਨ ਨਾਲ ਟੁੱਟ ਜਾਏ ਅਤੇ ਬੋਰ ਹੇਠਾਂ ਨੂੰ ਤੁਰ ਪਵੇ, ਪਰ ਇਹਨਾਂ ਬੋਰੀਆਂ ਨਾਲ ਕੋਈ ਫਰਕ ਨਾ ਪਿਆ। ਫਿਰ 1 ਬੋਰੀ ਹੋਰ ਧਰ ਦਿੱਤੀ, ਫਿਰ ਵੀ ਕੋਈ ਫਰਕ ਨਾ ਪਿਆ। ਫਿਰ 4ੀ ਬੋਰੀ ਨਾਲ ਵੀ ਕੋਈ ਫਰਕ ਨਾ ਪਿਆ। ਇਸ ਤਰ੍ਹਾਂ ਕਰਦੇ ਕਰਦੇ ਸ਼ਾਮ ਹੋ ਗਈ। ਉੱਧਰੋਂ ਮਾਲ ਲੈਣ ਗਏ ਬੰਦੇ ਵੀ ਮਾਲ ਲੈ ਕੇ ਮੁੜ ਆਏ। ਮਿਸਤਰੀ ਹਨੇਰਾ ਹੁੰਦੇ ਤੱਕ ਵਜ਼ਨ ਵਧਾ ਵਧਾ ਕੇ ਬੋਰ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ।
ਪਰ ਇਸ ਨਾਲ ਕੋਈ ਫਰਕ ਨਾ ਪਿਆ। ਦੂਸਰੇ ਦਿਨ ਮਿਸਤਰੀ ਨੇ ਪਿੰਡ ਵਿੱਚੋਂ 2 ਸੁਹਾਗੇ ਮੰਗਵਾ ਲਏ। ਉਹ ਬੋਰ ਵਾਲੇ ਪਾਈਪ ਦੇ ਦੋਵੇਂ ਪਾਸੇ ਬੰਨ੍ਹ ਦਿੱਤੇ ਅਤੇ ਫਿਰ ਖੜ ਵਾਲੀਆਂ ਕੁਇੰਟਲ ਕੁਇੰਟਲ ਵਾਲੀਆਂ ਵੱਡੀਆਂ ਬੋਰੀਆਂ ਗਿੱਲੀ ਮਿੱਟੀ ਦੀਆਂ ਭਰ ਕੇ ਸੁਹਾਗਿਆਂ ਉੱਪਰ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਪਰ ਫਿਰ ਬੋਰ ਫਿਰ ਵੀ ਅੱਗੇ ਨਾ ਤੁਰੇ। ਗੁਰਵਿੰਦਰ ਦੇ ਘਰ ਬੋਰੀਆਂ ਮੁੱਕ ਗਈਆਂ, ਫਿਰ ਗੁਆਂਢੀਆਂ ਦੀਆਂ ਬੋਰੀਆਂ ਮੰਗ ਕੇ ਲਿਆਂਦੀਆਂ ਗਈਆਂ। ਇਸ ਤਰ੍ਹਾਂ ਕਰਦਿਆਂ ਮੂੰਹ ਹਨੇਰਾ ਹੋ ਗਿਆ, ਉਹਨਾਂ ਕੰਮ ਬੰਦ ਕਰ ਦਿੱਤਾ। ਉੱਧਰ ਗੁਰਵਿੰਦਰ ਦੀ ਨਾਨੀ ਅਤੇ ਉਹਦੀ ਮਾਂ, ਜੋ ਉਹਦੇ ਨਾਨਕੇ ਗਈ ਹੋਈ ਸੀ, ਅਲੱਗ ਸੋਚੀ ਜਾਣ ਕਿ ਇਹ ਕੀ ਹੋ ਰਿਹਾ, ਬੋਰ ਅੱਗੇ ਤੁਰਦਾ ਕਿਉਂ ਨਹੀਂ। ਅਗਲੇ ਦਿਨ ਫਿਰ ਉਹਨਾਂ ਸਵੇਰੇ ਕੰਮ ਸ਼ੁਰੂ ਕਰ ਦਿੱਤਾ। ਹੁਣ ਬੋਰੀਆਂ ਇੰਨੀਆਂ ਕੂਚੀਆਂ ਹੋ ਗਈਆਂ ਕਿ ਨੇੜੇ ਟਰਾਲੀ ਖੜ੍ਹੀ ਕਰਕੇ ਉਸ ਉੱਪਰ ਬੋਰੀਆਂ ਰੱਖ ਕੇ ਫਿਰ ਦੂਜੀਆਂ ਬੋਰੀਆਂ ਉੱਪਰ ਰੱਖਿਆ ਕਰਨ। ਉਹ ਪਿੰਡ 'ਚ ਬੋਰੀਆਂ ਮੰਗ ਲਿਆਉਂਦੇ ਗਏ ਅਤੇ ਗਿੱਲੀ ਮਿੱਟੀ ਦੀਆਂ ਭਰ ਭਰ ਕੇ ਉੱਪਰ ਰੱਖਦੇ ਰਹੇ, ਪਰ ਬੋਰ ਟਸ ਤੋਂ ਮਸ ਨਾ ਹੋਵੇ। ਅਤੇ ਜਦੋਂ ਬੋਰੀਆਂ ਟਰਾਲੀ ਦੇ ਲੈਵਲ ਤੋਂ ਵੀ ਉੱਚੀਆਂ ਹੋ ਗਈਆਂ ਤਾਂ ਉਹਨਾਂ ਪਿੰਡ ਵਿੱਚੋਂ 2 ਵੱਡੀਆਂ ਪੌੜੀਆਂ ਮੰਗਵਾ ਕੇ ਉਹਨਾਂ ਨੂੰ ਬੋਰੀਆਂ ਨਾਲ ਖੜ੍ਹੀਆਂ ਕਰਕੇ ਉਹਨਾਂ ਉੱਪਰ ਚੜ੍ਹ ਕੇ ਬੋਰੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਬੋਰ ਫਿਰ ਟਸ ਤੋਂ ਮਸ ਨਾ ਹੋਵੇ। ਸ਼ਾਮ ਤੱਕ ਹੋਰ ਬੋਰੀਆਂ ਰੱਖਣ ਦੀ ਗੁੰਜਾਇਸ਼ ਨਾ ਰਹੀ। ਘੱਟੋ ਘੱਟ 50 ਬੋਰੀਆਂ ਨਾਲ ਸੁਹਾਗਿਆਂ ਉੱਪਰ ਰੱਖੀਆਂ ਗਈਆਂ ਹੋਣਗੀਆਂ, ਪਰ ਬੋਰ ਫਿਰ ਵੀ ਨਾ ਤੁਰੇ। ਕਰਦਿਆਂ ਕਰਦਿਆਂ ਇਹ ਦਿਨ ਵੀ ਨਿਕਲ ਗਿਆ। ਅਗਲੇ ਦਿਨ ਫਿਰ ਕੰਮ ਸ਼ੁਰੂ ਕੀਤਾ। 10 ਕੁ ਵਜੇ ਮਿਸਤਰੀ ਕਹਿਣ ਲੱਗਾ ਕਿ ਮੇਰੇ ਤਾਂ ਹੱਥ ਖੜ੍ਹੇ ਆ, ਮੈਨੂੰ ਤਾਂ ਕੁਝ ਸਮਝ ਨਹੀਂ ਲੱਗ ਰਹੀ ਇਹ ਹੋ ਕੀ ਰਿਹਾ। ਇੰਨੇ ਵਜ਼ਨ ਨੇ ਤਾਂ ਜੇ ਹੇਠ ਲੋਹਾ ਵੀ ਹੁੰਦਾ ਤਾਂ ਉਹਨੂੰ ਵੀ ਤੋੜ ਦੇਣਾ ਸੀ, ਅਤੇ ਜੇ ਤੁਸੀਂ ਕਿਸੇ ਨੂੰ ਮੰਨਦੇ ਹੋ ਤਾਂ ਮੰਨ ਕੇ ਵੇਖ ਲਓ, ਪਰ ਇਹ ਤੋਂ ਬਾਅਦ ਮੈਨੂੰ ਤਾਂ ਆਪਣਾ ਸਮਾਨ ਕੱਢ ਕੇ ਅਗਲੇ ਥਾਂ ਜਾਣਾ ਪਏਗਾ। ਉਹਨਾਂ ਗੁਰਵਿੰਦਰ ਨੂੰ ਹੀ ਘਰ ਭੇਜਿਆ ਕਿ ਮਿਸਤਰੀ ਕਹਿੰਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਮੰਨਦੇ ਹੋ ਤਾਂ ਮੰਨ ਕੇ ਵੇਖ ਲਓ, ਨਹੀਂ ਮੇਰੇ ਤਾਂ ਹੱਥ ਖੜ੍ਹੇ ਆ। ਅਤੇ ਉੱਧਰ ਉਹਦੀ ਨਾਨੀ ਅਤੇ ਮਾਂ ਵੀ ਸੋਚੀ ਪਈਆਂ ਸੀ ਕਿ ਬੋਰ ਰੁਕੇ ਨੂੰ 4th ਦਿਨ ਹੋ ਗਿਆ, ਗੱਲ ਕੀ ਹੋਈ। ਅਖੀਰ ਉਹਦੀ ਨਾਨੀ ਨੂੰ ਯਾਦ ਆਇਆ ਕਿ ਗਲਤੀ ਤਾਂ ਉਹ ਤੋਂ ਹੀ ਹੋਈ ਹੈ। ਜਿਸ ਦਿਨ ਦੁਪਹਿਰੇ ਬੋਰ ਰੁਕਿਆ ਉਸ ਦਿਨ ਉਹਨਾਂ ਨੇ ਦੁਪਹਿਰ ਦੀ ਰੋਟੀ ਨਾਲ ਪ੍ਰਸ਼ਾਦ ਬਣਾਇਆ ਸੀ। ਪਿੰਡ ਦੇ ਜਿਹੜੇ ਬੰਦੇ ਉਹਨਾਂ ਦਿਹਾੜੀ ਲਾਏ ਹੋਏ ਸੀ, ਉਹਨਾਂ ਵਿੱਚੋਂ ਇੱਕ ਬੰਦੇ ਦੀ ਘਰ ਵਾਲੀ ਕੁਝ ਸਮਾਂ ਪਹਿਲਾਂ ਹੀ ਉਹਦੀ ਰੋਟੀ ਲਿਜਾਣ ਵਾਸਤੇ ਆ ਕੇ ਬੈਠ ਗਈ। ਗੁਰਵਿੰਦਰ ਦੀ ਨਾਨੀ ਨੇ ਜਦੋਂ ਹੀ ਰੋਟੀ ਬਣੀ ਉਸੇ ਟਾਈਮ ਰੋਟੀ ਅਤੇ ਪ੍ਰਸ਼ਾਦ ਦੇ ਕੇ ਉਹਨੂੰ ਆਪਣੇ ਘਰ ਤੋਰ ਦਿੱਤਾ। ਅਤੇ ਗੁਰਵਿੰਦਰ ਦੇ ਘਰ ਇਹ ਪਰੰਪਰਾ ਚੱਲੀ ਆਉਂਦੀ ਸੀ ਕਿ ਉਹ ਕੋਈ ਵੀ ਮਿੱਠੀ ਚੀਜ਼, ਭੋਗ, ਖੀਰ, ਖੁਆਦ ਵਗੈਰਾ ਬਣਾ ਕੇ ਸਭ ਤੋਂ ਪਹਿਲਾਂ ਬਾਬੇ ਸ਼ਹੀਦਾਂ ਦੇ ਨਾਂ 'ਤੇ ਜਾਂ ਉਹਨਾਂ ਦੇ ਅਸਥਾਨ 'ਤੇ ਜਾ ਕੇ ਅਤੇ ਜਾਂ ਫਿਰ ਕੋਠੇ 'ਤੇ ਬੈਠ ਕੇ ਉੱਧਰ ਨੂੰ ਮੂੰਹ ਕਰਕੇ ਉਹਨਾਂ ਦੇ ਨਾਂ 'ਤੇ ਮੱਥਾ ਟੇਕਦੇ ਸੀ। ਉਹ ਤੋਂ ਬਾਅਦ ਆਪ ਖਾਂਦੇ ਸੀ ਜਾਂ ਕਿਸੇ ਹੋਰ ਨੂੰ ਖਾਣ ਵਾਸਤੇ ਦਿੰਦੇ ਸਨ। ਪਰ ਗੁਰਵਿੰਦਰ ਦੀ ਨਾਨੀ ਨੇ ਉਸ ਦਿਨ ਇਹ ਸੋਚ ਕੇ ਕਿ ਔਰਤ ਕਦੋਂ ਦੀ ਆਈ ਬੈਠੀ ਹੈ, ਪਹਿਲਾਂ ਇਹਨੂੰ ਤੋਰ ਦੇਵਾਂ, ਛੇਤੀ ਛੇਤੀ ਉਹਨੂੰ ਰੋਟੀ ਪਾ ਕੇ ਦੇ ਦਿੱਤੀ। ਸ਼ਹੀਦਾਂ ਦੇ ਨਾਂ ਦਾ ਮੱਥਾ ਟੇਕਣਾ ਭੁੱਲੀ ਗਈ। ਬਸ ਉਸ ਸਮੇਂ ਤੋਂ ਬੋਰ ਰੁਕ ਗਿਆ, ਜੋ ਲੱਖ ਕੋਸ਼ਿਸ਼ਾਂ ਕਰਨ 'ਤੇ ਵੀ ਅੱਗੇ ਨਾ ਤੁਰਿਆ। ਜਦੋਂ ਗੁਰਵਿੰਦਰ ਨੇ ਮਿਸਤਰੀ ਵੱਲੋਂ ਭੇਜਣ 'ਤੇ ਘਰ ਆ ਕੇ ਆਪਣੀ ਨਾਨੀ ਨੂੰ ਮਿਸਤਰੀ ਵਾਲੀ ਗੱਲ ਦੱਸੀ ਤਾਂ ਉਹਦੀ ਨਾਨੀ ਨੇ ਇਹ ਗੱਲ ਯਾਦ ਆ ਗਈ ਕਿ ਉਹਨੇ ਉਸ ਦਿਨ ਬਗੈਰ ਮੱਥਾ ਟੇਕੇ ਹੀ ਪਿੰਡ ਦੀ ਉਸ ਔਰਤ ਨੂੰ ਰੋਟੀ ਦੇ ਦਿੱਤੀ ਸੀ। ਫਿਰ ਦੁਬਾਰਾ ਪ੍ਰਸ਼ਾਦ ਬਣਾ ਕੇ ਗੁਰਵਿੰਦਰ ਅਤੇ ਉਹਦੀ ਨਾਨੀ ਬਾਬਿਆਂ ਦੇ ਅਸਥਾਨ 'ਤੇ ਮੱਥਾ ਟੇਕਣ ਗਏ ਅਤੇ ਆਪਣੀ ਭੁੱਲ ਬਖਸ਼ਾਈ। ਗੁਰਵਿੰਦਰ ਨੇ ਉਦੋਂ ਘੜੀ ਲੱਗੀ ਸੀ, ਉਸ ਵੇਲੇ ਦੁਪਹਿਰ ਦੇ 12:05 ਹੋਏ ਸੀ। ਮੱਥਾ ਟੇਕਣ ਤੋਂ ਬਾਅਦ ਉਹਦੀ ਨਾਨੀ ਨੇ ਉਹਨੂੰ ਕਿਹਾ ਕਿ ਤੂੰ ਜਾ ਕੇ ਪਤਾ ਕਰਕੇ ਆ ਕੇ ਬੋਰ ਚੱਲ ਪਿਆ, ਮੇਰਾ ਮਨ ਕਹਿੰਦਾ ਕਿ ਚੱਲ ਪਿਆ। ਗੁਰਵਿੰਦਰ ਸਾਈਕਲ 'ਤੇ ਆਪਣੇ ਖੇਤ ਗਿਆ ਅਤੇ ਕੀ ਦੇਖਦਾ ਹੈ ਕਿ ਸਾਰੇ ਜਣੇ ਬਹੁਤ ਖੁਸ਼ ਹੈ, ਬੋਰ ਚੱਲ ਪਿਆ ਸੀ। ਉਹਨੇ ਉਹਨਾਂ ਤੋਂ ਪੁੱਛਿਆ ਕਿ ਬੋਰ ਕਿੰਨੇ ਵਜੇ ਚੱਲਿਆ। ਉਹਨਾਂ ਦੇ ਪਿੰਡ ਤੋਂ ਨਾਲ ਆਏ ਹੋਏ ਇੱਕ ਬੰਦੇ ਨੇ ਦੱਸਿਆ ਪੂਰੇ 12:05 'ਤੇ ਚੱਲਿਆ। ਉਹਨਾਂ ਦੇ ਬਾਬੇ ਸ਼ਹੀਦਾਂ ਦੀ ਅਜਿਹੀ ਸ਼ਕਤੀ ਵੇਖ ਕੇ ਗੁਰਵਿੰਦਰ ਹੈਰਾਨ ਰਹਿ ਗਿਆ। ਬਾਕੀ ਸਾਰੇ ਲੋਕ ਵੀ ਇਸ ਕੌਤਕ ਦੀਆਂ ਗੱਲਾਂ ਕਰ ਕਰਕੇ ਹੈਰਾਨ ਹੋ ਰਹੇ ਸਨ। ਸ਼ਹੀਦਾਂ ਦੇ ਅਤੇ ਮੱਥਾ ਟੇਕ ਕੇ ਮੁੜਦਿਆਂ ਨੂੰ ਰਸਤੇ 'ਚ ਜੋ ਵੀ ਕੋਈ ਵਿਅਕਤੀ ਮਿਲਦਾ ਉਹਨੂੰ ਪ੍ਰਸ਼ਾਦ ਵੰਡਦੇ ਆਉਂਦੇ ਅਤੇ ਘਰ ਆ ਕੇ ਆਪ ਛਕਦੇ। ਆਪਣੇ ਨਾਨੇ ਤੋਂ ਬਾਅਦ 10ਵੀਂ ਵਾਲੇ ਦਿਨ ਸ਼ਹੀਦਾਂ ਨੂੰ ਨਹਾਉਣ ਦਾ ਜ਼ਿੰਮਾ ਗੁਰਵਿੰਦਰ ਨੇ ਲੈ ਲਿਆ। ਉਹ ਆਪਣੇ ਪਿੰਡ ਤੋਂ ਆਪਣੇ ਨਾਨਕੇ ਜਾਂਦਾ, ਸਵੇਰੇ 4 ਉੱਠ ਕੇ ਨਹਾਉਂਦਾ, ਆਪਣੇ ਘਰੋਂ ਦਹੀਂ ਲੈ ਕੇ ਆਪਣੇ ਨਾਨਕੇ ਪਿੰਡ ਵੱਲ ਸਾਈਕਲ 'ਤੇ ਚੱਲ ਪੈਂਦਾ। 10ਵੀਂ ਤੋਂ 4-5 ਦਿਨ ਪਹਿਲਾਂ ਹੀ ਗੁਰਵਿੰਦਰ ਨੂੰ ਅੰਦਰੋਂ ਅੰਦਰੀ ਇੱਕ ਚਾਹ ਜਿਹਾ ਚੜ੍ਹਨ ਲੱਗ ਜਾਂਦਾ ਕਿ ਮੈਂ ਬਾਬੇ ਨਹਾਉਣ ਜਾਣਾ। ਹਾਲੇ ਹਨੇਰਾ ਪੂਰੀ ਤਰ੍ਹਾਂ ਛੱਟਿਆ ਵੀ ਨਹੀਂ ਸੀ ਹੁੰਦਾ ਜਦੋਂ ਤੱਕ ਗੁਰਵਿੰਦਰ ਬਾਬੇ ਨਹਾ ਵੀ ਹਟਦਾ। ਬਾਕੀ ਲੋਕ ਉਹ ਤੋਂ ਬਾਅਦ ਵਿੱਚ ਆਉਣੇ ਸ਼ੁਰੂ ਹੁੰਦੇ।
ਅਤੇ ਬਹੁਤ ਵਾਰ ਅਜਿਹਾ ਵੀ ਹੋਣਾ ਕਿ ਦਸਵੀਂ ਵਾਲੇ ਦਿਨ ਜ਼ੋਰਦਾਰ ਮੀਂਹ ਪੈ ਰਿਹਾ ਹੋਣਾ ਜਾਂ ਮੀਂਹ ਦੇ ਨਾਲ ਤੇਜ਼ ਹਨੇਰੀ ਚੱਲ ਰਹੀ ਹੋਣੀ। ਗੁਰਵਿੰਦਰ ਦੇ ਘਰਦਿਆਂ ਨੇ ਉਹਨੂੰ ਬਥੇਰਾ ਰੋਕਣਾ ਕਿ ਅੱਜ ਨਾ ਜਾ, ਪਰ ਉਹ ਕਿੱਥੇ ਹਟਦਾ ਸੀ। ਇਸ ਦਿਨ ਨੂੰ ਤਾਂ ਉਹ ਕਈ ਦਿਨਾਂ ਤੋਂ ਉਡੀਕ ਰਿਹਾ ਸੀ। ਮੀਂਹ ਪੈਂਦੇ ਹਨੇਰੀ ਚੱਲਦੀ 'ਚ ਸਾਈਕਲ 'ਤੇ ਆਪਣੇ ਨਾਨਕੇ ਪਿੰਡ ਨੂੰ ਜਾਣ ਦਾ ਸਗੋਂ ਨਜ਼ਾਰਾ ਹੀ ਵੱਖਰਾ ਸੀ। ਅਜਿਹੇ ਮੌਸਮ 'ਚ ਇੱਕ ਵੱਖਰਾ ਹੀ ਆਨੰਦ ਆਉਂਦਾ ਸੀ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਬਸ ਮਹਿਸੂਸ ਹੀ ਕੀਤਾ ਜਾ ਸਕਦਾ। ਝੱਖੜ ਝਾਂਗੀ ਮੀਂਹ ਬਰਸੇ ਵੀ ਗੁਰਦੇਖਣ ਜਾਈ। ਬਾਬਾ ਫਰੀਦ ਜੀ ਦੇ ਸ਼ਲੋਕ ਸਨ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਹੋ, ਚਲਾ ਤਾਂ ਭਿੰਜੇ ਕੰਬਲੀ, ਰੁੱਕਾਂ ਤਾਂ ਟੁੱਟੇ ਨੇ ਹੋ। ਫਿਰ ਅਗਲੇ ਸ਼ਲੋਕ 'ਚ ਜਵਾਬ ਹੈ, ਭਿੱਜੋ ਸਿੱਜੋ ਕੰਬਲੀ, ਅੱਲੈ ਵਰਸੈ ਮੇਹੋ, ਜਾਈ ਮਿਲਾਂ ਤਿਨਾ ਸੱਜਣਾ, ਟੁੱਟੇ ਨਾਹੀ ਨੇ। ਮੀਂਹ 'ਚ ਉਹਦੇ ਕੱਪੜੇ ਭਿੱਜ ਕੇ ਨੁੱਚੜ ਰਹੇ ਹੁੰਦੇ, ਪਤਾ ਨਹੀਂ ਕਿਉਂ, ਸਗੋਂ ਜਿੰਨਾ ਜ਼ਿਆਦਾ ਮੀਂਹ ਪੈਂਦਾ ਉਨਾ ਜ਼ਿਆਦਾ ਉੱਥੇ ਜਾਣ ਦਾ ਆਨੰਦ ਆਉਂਦਾ। ਅਤੇ ਜਦੋਂ ਸਤਿਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਵਾਸਤੇ ਬਿਆਸ ਦਰਿਆ ਤੋਂ ਵੱਡੇ ਤੜਕੇ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਹੋਣਗੇ ਤਾਂ ਕਿਹੋ ਜਿਹੀ ਅਵਸਥਾ ਹੋਏਗੀ। ਮੈਨੂੰ ਤਾਂ ਆਪਣੀ ਅਵਸਥਾ ਨਹੀਂ ਭੁੱਲਦੀ, ਗੁਰੂ ਸਾਹਿਬ 'ਤੇ ਕਿਹੋ ਜਿਹੀ ਅਗੰਮੀ ਆਨੰਦ ਦੀ ਅਵਸਥਾ ਤਾਰੀ ਹੁੰਦੀ ਹੋਏਗੀ, ਇਹ ਤਾਂ ਉਹੀ ਜਾਣਦੇ ਸੀ। ਜਦੋਂ ਸਰਦਾਰ ਬਘੇਲ ਸਿੰਘ ਨੇ ਦਿੱਲੀ 'ਤੇ ਕਬਜ਼ਾ ਕੀਤਾ ਸੀ ਤਾਂ ਕਹਿੰਦੇ ਨੇ ਕਿ ਉਦੋਂ ਸਿੱਖਾਂ ਨੇ ਦਿੱਲੀ ਨੂੰ ਰੱਜ ਕੇ ਲੁੱਟਿਆ। ਗੁਰਵਿੰਦਰ ਦੇ ਨਾਨੇ ਦੇ ਪਰਿਵਾਰ ਵਿੱਚੋਂ ਸਰਦਾਰ ਸਮੁੰਦ ਸਿੰਘ ਹੋਰੀ ਸਰਦਾਰ ਬਘੇਲ ਸਿੰਘ ਦੇ ਨਾਲ ਸਨ। ਉਹ ਦਿੱਲੀ ਦੀ ਲੁੱਟ ਵਿੱਚੋਂ ਸੋਨੇ ਚਾਂਦੀ ਦੀਆਂ 11 ਖੱਚਰਾਂ ਭਰ ਕੇ ਪਿੰਡ ਲੈ ਕੇ ਆਏ। ਪਿੰਡ ਆ ਕੇ ਉਹਨਾਂ ਨੇ ਨਾਨਕ ਸ਼ਾਹੀ ਇੱਟਾਂ ਦੀ ਪੱਕੀ ਹਵੇਲੀ ਬਣਾਈ। ਮੇਰ ਕਲਾਂ ਪਿੰਡ ਨੂੰ ਕੱਚੀ ਮੇਰ ਕਿਹਾ ਜਾਂਦਾ ਸੀ, ਪਰ ਨਾਲ ਦੇ ਪਿੰਡ ਮੇਰ ਖੁਰਦ ਨੂੰ ਪੱਕੀ ਮੇਰ ਕਿਹਾ ਜਾਂਦਾ, ਕਿਉਂਕਿ ਉਸ ਪਿੰਡ 'ਚ ਉੱਥੋਂ ਦੇ ਸਰਦਾਰ ਦਾ ਬੜਾ ਵਿਸ਼ਾਲ ਕਿਲ੍ਹਾ ਮੌਜੂਦ ਸੀ। ਖਸਤਾ ਹਾਲਤ ਵਿੱਚ ਇਹ ਕਿਲ੍ਹਾ ਅਤੇ ਗੁਰਵਿੰਦਰ ਦੇ ਨਾਨਕਿਆਂ ਵਾਲੀ ਹਵੇਲੀ ਹੁਣ ਵੀ ਮੌਜੂਦ ਹਨ। ਇਸ ਹਵੇਲੀ ਦੀ ਉਸਾਰੀ ਸੰਬੰਧੀ ਲੋਕਾਂ 'ਚ ਇੱਕ ਗੱਲ ਉਦੋਂ ਤੱਕ ਵੀ ਚਰਚਾ ਦਾ ਵਿਸ਼ਾ ਸੀ। ਗੁਰਵਿੰਦਰ ਦੇ ਨਾਨਕੇ ਪਰਿਵਾਰ ਦੇ ਦਿੱਲੀ ਲੁੱਟ ਕੇ ਲਿਆਉਣ ਵਾਲੇ ਮੁਖੀ ਵਿਅਕਤੀ ਨੇ ਆਪਣੇ ਵਾਸਤੇ ਤਾਂ ਨਾਨਕਸ਼ਾਹੀ ਇੱਟਾਂ ਦੀ ਪੱਕੀ ਹਵੇਲੀ ਉਸਾਰ ਲਈ, ਪਰ ਬਾਬੇ ਸ਼ਹੀਦਾਂ ਦਾ ਅਸਥਾਨ ਹਾਲੇ ਤੱਕ ਕੱਚਾ ਸੀ। ਇੱਕ ਦਿਨ ਬਾਬੇ ਸ਼ਹੀਦਾਂ ਨੇ ਉਸ ਵਿਅਕਤੀ ਦਾ ਅੜਾ ਖੋਟ ਗੱਡ ਦਿੱਤਾ, ਭਾਵੇਂ ਉਹਦੀਆਂ ਲੱਤਾਂ ਉੱਪਰ ਨੂੰ ਕਰਤੀਆਂ ਅਤੇ ਸਿਰ ਧਰਤੀ ਵੱਲ ਨੂੰ। ਅਖੇ ਆਪਣੇ ਵਾਸਤੇ ਤਾਂ ਪੱਕੀਆਂ ਹਵੇਲੀਆਂ ਉਸਾਰ ਲਈਆਂ, ਸਾਡੇ ਵਾਸਤੇ 4 ਇੱਟਾਂ ਨਹੀਂ ਸਰੀਆਂ। ਇਹ ਤਾਂ ਉਹ ਵਿਅਕਤੀ ਮਾਫੀਆਂ ਮੰਗ ਕੇ ਛੁੱਟਿਆ ਅਤੇ ਉਹ ਤੋਂ ਬਾਅਦ ਬਾਬੇ ਸ਼ਹੀਦਾਂ ਵਾਸਤੇ ਪੱਕਾ ਸਥਾਨ ਬਣਾਇਆ ਗਿਆ। ਮੇਰ ਕਲਾਂ ਪਿੰਡ ਵਿੱਚ ਸਿਰਫ ਗੁਰਵਿੰਦਰ ਦੇ ਨਾਨਕਿਆਂ ਵਾਲੀ ਹਵੇਲੀ ਪੱਕੀ ਸੀ, ਬਾਕੀ ਸਭ ਲੋਕਾਂ ਦੇ ਘਰ ਕੱਚੇ ਸੀ, ਭਾਵ ਮਿੱਟੀ ਦੇ ਸੀ। ਹਵੇਲੀ 'ਚ ਇੱਕ ਖਣ ਦੀ ਟਾਂਡ ਰੱਖੀ ਗਈ, ਉਹਨੂੰ ਦਿੱਲੀ ਦੀ ਲੁੱਟ ਵਾਲੇ ਸੋਨੇ ਚਾਂਦੀ ਨਾਲ ਭਰ ਦਿੱਤਾ ਗਿਆ। ਮੇਰ ਖੁਰਦ ਵਾਲੇ ਸਰਦਾਰ ਵੱਲੋਂ ਵਾਰ ਵਾਰ ਬੇਨਤੀ ਕਰਨ 'ਤੇ ਉਹਨੂੰ 7.5 ਮਣ ਮੋਹਰਾਂ ਤੱਕੜੀ ਨਾਲ ਤੋਲ ਕੇ ਦਿੱਤੀਆਂ ਗਈਆਂ ਅਤੇ ਉਹਦੇ ਬਦਲੇ 'ਚ ਉਹਤੋਂ 2000 ਵਿੱਘੇ ਦੇ ਬੀੜ ਵਿੱਚੋਂ 1000 ਵਿੱਘਾ ਆਪਣੇ ਨਾਮ ਲਿਖਵਾ ਲਿਆ। ਮੇਰ ਖੁਰਦ ਵਾਲੇ ਸਰਦਾਰ ਕੋਲ 2000 ਵਿੱਘੇ ਦਾ ਬੀੜ ਸੀ, ਜਿਸ 'ਚੋਂ 1000 ਵਿੱਘਾ ਉਹਤੋਂ 7.5 ਮਣ ਮੋਹਰਾਂ ਦੇ ਇਵਜ਼ ਵਿੱਚ ਲੈ ਲਿਆ ਗਿਆ। ਪਰ ਇਹ ਬੀੜ ਸਿਰਫ ਇਸ ਸ਼ਰਤ 'ਤੇ ਲਿਆ ਗਿਆ ਸੀ ਕਿ ਸਰਦਾਰ ਟਾਈਮ ਪਾ ਕੇ ਮੋਹਰਾਂ ਵਾਪਸ ਕਰੇਗਾ ਅਤੇ ਫਿਰ ਉਹਨੂੰ ਉਹਦਾ ਬੀੜ ਵਾਪਸ ਦੇ ਦਿੱਤਾ ਜਾਏਗਾ। ਉਸ ਜ਼ਮਾਨੇ 'ਚ ਜਦੋਂ ਨਾ ਇੰਨੀ ਖੇਤੀ ਹੁੰਦੀ ਸੀ ਅਤੇ ਨਾ ਲੱਕੜ ਦਾ ਕੋਈ ਮੁੱਲ ਸੀ ਅਤੇ ਤਾਂ ਇੰਨਾ ਜੰਗਲ ਕਿਸੇ ਨੇ ਕੀ ਕਰਨਾ ਸੀ। ਪਰ ਅਖੀਰ ਨਾ ਸਰਦਾਰ ਤੋਂ ਮੋਹਰਾਂ ਵਾਪਸ ਹੋਈਆਂ ਅਤੇ ਨਾ ਉਹ ਬੀੜ ਛੁਡਵਾ ਸਕਿਆ। ਇੱਕ ਤੋਂ ਬਾਅਦ ਦੂਜੀ ਪੀੜ੍ਹੀ ਆਉਂਦੀ ਗਈ ਅਤੇ ਅਖੀਰ ਬੀੜ ਵਾਲੇ ਇਹ ਕਾਗਜ਼ ਪੱਤਰ ਵੀ ਕਿਧਰੇ ਗੁਆਚ ਗਏ ਅਤੇ ਗੱਲ ਆਈ ਗਈ ਹੋ ਗਈ, ਕਿਉਂਕਿ ਜੰਗਲ ਤੋਂ ਕਿਸੇ ਨੇ ਕਰਾਉਣਾ ਵੀ ਕੀ ਸੀ। ਇਸੇ ਤਰ੍ਹਾਂ ਗੁਰਵਿੰਦਰ ਦੇ ਨਾਨੇ ਦੇ ਪਿਓ ਭਾਵ ਉਹਦੇ ਪੜਨਾਨੇ ਸਰਦਾਰ ਮਹਿਮਾ ਸਿੰਘ ਦੀ ਸਾਰੀ ਜ਼ਿੰਦਗੀ ਵੀ ਅੰਗਰੇਜ਼ਾਂ ਨਾਲ ਲੜਦਿਆਂ ਲੰਘੀ। ਉਹਨੇ ਅਕਾਲ ਤਖ਼ਤ 'ਤੇ ਜਾ ਕੇ ਅੰਮ੍ਰਿਤ ਛਕਿਆ ਸੀ ਅਤੇ ਉਹਨੂੰ ਇਸ ਇਲਾਕੇ ਦਾ ਜਥੇਦਾਰ ਬਣਾਇਆ ਗਿਆ ਸੀ, ਜਿਹੜਾ ਅੰਗਰੇਜ਼ਾਂ ਦੇ ਖਿਲਾਫ਼ ਲੱਗਣ ਵਾਲੇ ਮੋਰਚਿਆਂ ਵਿੱਚ ਜਥੇ ਲੈ ਕੇ ਜਾਂਦਾ ਹੁੰਦਾ ਸੀ। ਕੀ ਭਾਈ ਫੇਰੂ ਦਾ ਮੋਰਚਾ, ਕੀ ਜੈਤੋਂ ਦਾ ਮੋਰਚਾ, ਉਹ ਕਿਹੜਾ ਮੋਰਚਾ ਸੀ ਜਿਸ 'ਚ ਉਹਨੇ ਵੱਧ ਚੜ੍ਹ ਕੇ ਹਿੱਸਾ ਨਹੀਂ ਲਿਆ ਅਤੇ ਅੰਗਰੇਜ਼ਾਂ ਦੀ ਕੁੱਟ ਨਹੀਂ ਖਾਧੀ। ਗੁਰਵਿੰਦਰ ਦੀ ਨਾਨੀ ਦੱਸਦੀ ਹੁੰਦੀ ਸੀ ਕਿ ਇਹਨਾਂ ਮੋਰਚਿਆਂ 'ਚ ਉਹਨੇ ਇੰਨੀ ਕੁ ਕੁੱਟ ਪਈ ਕਿ ਉਹ ਇੱਕ ਹੱਥ ਨਾਲ ਢੂਈ ਨੂੰ ਫੜ ਕੇ ਉੱਠਦਾ ਹੁੰਦਾ ਸੀ ਅਤੇ ਉਹਦਾ ਹਰ ਕੁੜਤਾ ਢੂਈ ਤੋਂ ਹੀ ਫਟਦਾ ਹੁੰਦਾ ਸੀ। ਹਜ਼ੂਰ ਸਾਹਿਬ ਉਹ ਤੁਰ ਕੇ ਜਾਂਦਾ ਹੁੰਦਾ ਸੀ ਅਤੇ 6 ਮਹੀਨੇ ਬਾਅਦ ਵਾਪਸ ਮੁੜਦਾ ਸੀ। ਗੁਰਵਿੰਦਰ ਦੇ ਨਾਨਕੇ ਪਰਿਵਾਰ ਵੱਲੋਂ ਸਦੀਆਂ ਤੋਂ ਸਿੱਖ ਧਰਮ ਲਈ ਕੀਤੀਆਂ ਜਾਂਦੀਆਂ ਕੁਰਬਾਨੀਆਂ ਕਾਰਨ
ਉਹਨਾਂ ਦਾ ਪਰਿਵਾਰ ਪਿੰਡਾਂ ਵਿੱਚ ਸਿੰਘਾਂ ਦਾ ਪਰਿਵਾਰ ਕਰਕੇ ਮਸ਼ਹੂਰ ਹੋ ਗਿਆ ਅਤੇ ਉਹਨਾਂ ਦਾ ਘਰ ਸਿੰਘਾਂ ਦਾ ਘਰ ਕਿਹਾ ਜਾਣ ਲੱਗਾ। ਗੁਰਵਿੰਦਰ ਦੀ ਨਾਨੀ ਪਛਤਾਵੇ ਵਜੋਂ ਇੱਕ ਗੱਲ ਸੁਣਾਇਆ ਕਰਦੀ ਸੀ ਕਿ ਉਹਨਾਂ ਦੇ ਘਰ ਅਣਗਿਣਤ ਪੁਰਾਣੇ ਗ੍ਰੰਥ, ਕਿਤਾਬਾਂ, ਰਸਾਲੇ ਆਦਿ ਪਏ ਸਨ, ਜਿਨ੍ਹਾਂ 'ਚੋਂ ਬਹੁਤੇ ਗੁਰਵਿੰਦਰ ਦੇ ਪੜਨਾਨੇ ਸਰਦਾਰ ਮਹਿਮਾ ਸਿੰਘ ਦੇ ਸਨ। ਸਮਾਂ ਪਾ ਕੇ ਗੁਰਵਿੰਦਰ ਦੀ ਮਾਸੀ ਅਤੇ ਮਾਤਾ ਦੀਆਂ ਸ਼ਾਦੀਆਂ ਹੋ ਗਈਆਂ ਅਤੇ ਉਹਦੇ ਨਾਨਾ ਨਾਨੀ ਘਰ ਇਕੱਲੇ ਰਹਿ ਗਏ। ਉਹ ਦੋਵੇਂ ਅਨਪੜ੍ਹ ਸਨ ਅਤੇ ਉਹ ਦੱਸਦੀ ਹੁੰਦੀ ਸੀ ਕਿ ਮੈਂ ਸੋਚਿਆ ਕਿ ਇਹਨਾਂ ਨੂੰ ਹੁਣ ਕੋਈ ਪੜ੍ਹਦਾ ਤਾਂ ਹੈ ਨਹੀਂ, ਐਵੇਂ ਵਾਧੂ ਥਾਂ ਰੋਕਿਆ ਅਤੇ ਮੈਂ ਟੋਕਰੇ ਭਰ ਭਰ ਕੇ ਉਹ ਸਾਰੀਆਂ ਕਿਤਾਬਾਂ ਘਰ ਦੇ ਪਿਛਵਾੜੇ 'ਚ ਮੌਜੂਦ ਟੋਭੇ 'ਚ ਸੁੱਟ ਆਉਂਦੀਆਂ। ਉਹ ਪਛਤਾਵਾ ਕਰਿਆ ਕਰਦੀ ਸੀ ਕਿ ਜੇ ਉਹ ਇਹ ਕਮਲ ਜਿਹਾ ਨਾ ਕੁੱਟਦੀ ਤਾਂ ਹੁਣ ਤੁਹਾਡੇ ਤੋਂ ਪੜਵਾ ਕੇ ਦੇਖਿਆ ਕਰਦੀ ਵੀ ਉਹਨਾਂ 'ਚ ਲਿਖਿਆ ਕੀ ਸੀ। ਅਤੇ ਉੱਧਰ ਗੁਰਵਿੰਦਰ ਦੇ ਆਪਣੇ ਪਿੰਡ ਵਾਲਾ ਪਰਿਵਾਰ ਨਾਨਕਿਆਂ ਵਾਲੇ ਪਰਿਵਾਰ ਦਾ ਬਿਲਕੁਲ ਉਲਟਾ ਪਾਸਾ ਸੀ। ਉਹਦਾ ਪੜਦਾਦਾ ਅੰਗਰੇਜ਼ਾਂ ਵੱਲੋਂ ਸ਼ਾਹ ਨਿਯੁਕਤ ਕੀਤਾ ਹੋਇਆ ਸੀ, ਭਾਵ ਉਹ ਸਰਕਾਰੀ ਤੌਰ 'ਤੇ ਲੋਕਾਂ ਨੂੰ ਵਿਆਜ 'ਤੇ ਪੈਸੇ ਦੇ ਸਕਦਾ ਸੀ। ਅੰਗਰੇਜ਼ਾਂ ਦੇ ਸਮੇਂ ਬਹੁਤ ਥੋੜ੍ਹੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਵੋਟ ਪਾਉਣ ਦਾ ਅਧਿਕਾਰ ਰੱਖਣ ਵਾਲੇ ਲੋਕਾਂ 'ਚ ਇੱਕ ਕੈਟਾਗਰੀ ਸ਼ਾਹ ਦੀ ਵੀ ਸੀ। ਉਹਨੂੰ ਅੰਗਰੇਜ਼ ਸਰਕਾਰ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਹੋਇਆ ਸੀ ਜਿਹਨੂੰ ਵਿਖਾ ਕੇ ਉਹ ਵੋਟ ਪਾ ਸਕਦਾ ਸੀ। ਕਹਿੰਦੇ ਹੈ ਵੀ ਪਿੰਡਾਂ 'ਚ ਸਿਆਲਾਂ ਦੇ ਦਿਨਾਂ 'ਚ ਬਹੁਤੇ ਲੋਕਾਂ ਕੋਲ ਖਾਣ ਲਈ ਦਾਣੇ ਮੁੱਕ ਜਾਂਦੇ ਸੀ। ਗੁਰਵਿੰਦਰ ਦਾ ਪੜਦਾਦਾ ਆਪਣੇ ਪਿੰਡ 'ਚ ਢੋਲ ਵਜਵਾਉਂਦਾ ਹੁੰਦਾ ਸੀ ਕਿ ਜੇ ਕਿਸੇ ਕੋਲ ਦਾਣੇ ਨਹੀਂ ਹੈ ਤਾਂ ਉਹ ਮੇਰੇ ਘਰੋਂ ਦਾਣੇ ਲੈ ਆਵੇ ਅਤੇ ਜਦੋਂ ਤੁਹਾਡੇ ਕੋਲ ਹੋਏ ਉਹ ਮੋੜ ਦਿਓ, ਨਹੀਂ ਮੁੜੇ ਤਾਂ ਵੀ ਕੋਈ ਗੱਲ ਨਹੀਂ। ਪਹਿਲੇ ਸਮਿਆਂ 'ਚ ਕੁੜੀਆਂ ਨੂੰ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਸ ਕਰਕੇ ਇੱਕ ਸਮੇਂ ਆ ਕੇ ਕੁੜੀਆਂ ਦੀ ਬਹੁਤ ਵੱਡੀ ਘਾਟ ਪੈਦਾ ਹੋ ਗਈ। ਇਹਦਾ ਫਾਇਦਾ ਉਠਾਉਂਦਿਆਂ ਕਈ ਲਾਲਚੀ ਮਾਪਿਆਂ ਨੇ ਆਪਣੀਆਂ ਕੁੜੀਆਂ ਦੇ ਪੈਸੇ ਵੱਟਣੇ ਸ਼ੁਰੂ ਕਰ ਦਿੱਤੇ। ਕਈ ਮਾਪੇ ਤਾਂ ਉਸ ਵੇਲੇ ਪੈਸਿਆਂ ਦੀ ਮੰਗ ਰੱਖਦੇ ਸੀ ਜਦੋਂ ਜੰਜ ਕੁੜੀ ਵਾਲਿਆਂ ਦੇ ਬੂਹੇ 'ਤੇ ਢੁੱਕੀ ਹੁੰਦੀ ਸੀ। ਕੁੜੀ ਵਾਲਿਆਂ ਦਾ ਖਿਆਲ ਸੀ ਕਿ ਆਪਣੀ ਬੇਇੱਜ਼ਤੀ ਦੇ ਡਰੋਂ ਮੁੰਡੇ ਵਾਲੇ ਇਸ ਮੌਕੇ ਜ਼ਰੂਰ ਪੈਸੇ ਦੇਣਗੇ। ਪੈਸੇ ਹੁੰਦੇ ਵੀ ਉਦੋਂ ਕਿਸੇ ਕਿਸੇ ਕੋਲ ਹੀ ਸੀ ਅਤੇ ਅਜਿਹੀਆਂ ਕਈ ਬਰਾਤਾਂ ਦੀਆਂ ਕੁੜੀਆਂ ਵਾਲਿਆਂ ਵੱਲੋਂ ਬਿਲਕੁਲ ਮੌਕੇ 'ਤੇ ਰੱਖੀਆਂ ਪੈਸੇ ਲੈਣ ਦੀਆਂ ਕਈ ਮੰਗਾਂ ਗੁਰਵਿੰਦਰ ਦੇ ਪੜਦਾਦੇ ਨੇ ਪੂਰੀਆਂ ਕੀਤੀਆਂ ਸੀ। ਗੁਰਵਿੰਦਰ ਦੀ ਦਾਦੀ ਦੱਸਦੀ ਹੁੰਦੀ ਸੀ ਕਿ ਉਦੋਂ ਵਿਆਹਾਂ 'ਚ ਕੁੜੀਆਂ ਉਹਦੇ ਪੜਦਾਦੇ ਦੇ ਨਾਂ ਦੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਕਿ ਇਹਨੇ ਏਡੇ ਵੱਡੇ ਪੁੰਨ ਖੱਟੇ ਹਨ, ਨਾਲੇ ਤਾਂ ਕੁੜੀਆਂ ਬਾਹਰੋਂ ਉੱਠ ਗਈਆਂ ਅਤੇ ਨਾਲੇ ਮੁੰਡੇ ਵਾਲਿਆਂ ਦੀ ਬੇਇੱਜ਼ਤੀ ਹੋਣੋਂ ਬਚ ਗਏ। ਖੈਰ, ਗੁਰਵਿੰਦਰ ਨੂੰ ਹਾਲੇ ਆਪਣੇ ਨਾਨਕੇ ਪਿੰਡ ਦੇ ਸਕੂਲ ਵਿੱਚ ਪਹਿਲੀ ਜਮਾਤ 'ਚ ਦਾਖਲ ਹੋਈ ਨੂੰ ਕੁਝ ਮਹੀਨੇ ਹੀ ਹੋਏ ਸਨ ਕਿ ਉਹਦੇ ਪਿਓ, ਜੋ ਖੁਦ ਵੀ ਅਧਿਆਪਕ ਸੀ, ਨੇ ਉਹਨੂੰ ਉੱਥੋਂ ਹਟਵਾ ਲਿਆ ਅਤੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪਹਿਲੀ ਜਮਾਤ ਵਿੱਚ ਦਾਖਲ ਕਰਵਾ ਦਿੱਤਾ। ਉਹਦੀ ਨਾਨੀ ਨੇ ਇਸ ਗੱਲ ਦਾ ਥੋੜ੍ਹਾ ਬੁਰਾ ਵੀ ਮਨਾਇਆ, ਪਰ ਕੀ ਕਰ ਸਕਦੀ ਸੀ। ਪ੍ਰਾਇਮਰੀ ਸਕੂਲ, ਤੀਸਰਾ ਅੰਗ। ਗੁਰਵਿੰਦਰ ਨੂੰ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਜਮਾਤ 'ਚ ਦਾਖਲ ਕਰਵਾ ਦਿੱਤਾ ਗਿਆ। ਗੁਰਵਿੰਦਰ ਪੜ੍ਹਾਈ 'ਚ ਬੇਹੱਦ ਹੁਸ਼ਿਆਰ ਸੀ। ਜਦੋਂ ਪ੍ਰਾਇਮਰੀ ਸਕੂਲ 'ਚੋਂ ਪਹਿਲੀਆਂ ਦੋ ਜਮਾਤਾਂ ਪਾਸ ਕਰਕੇ ਤੀਸਰੀ 'ਚ ਦਾਖਲ ਹੋਇਆ ਤਾਂ ਉਸ ਵੇਲੇ ਪਹਿਲੀ ਅਤੇ ਦੂਸਰੀ ਜਮਾਤ ਨੂੰ ਘੰਟਾ ਕੁ ਪਹਿਲਾਂ ਸਾਰੀ ਛੁੱਟੀ ਹੋ ਜਾਂਦੀ ਸੀ। ਬਾਕੀ ਤਿੰਨ ਜਮਾਤਾਂ ਭਾਵ ਤੀਸਰੀ, ਚੌਥੀ ਅਤੇ ਪੰਜਵੀਂ ਨੂੰ ਇੱਕ ਘੰਟਾ ਬਾਅਦ 'ਚ ਛੁੱਟੀ ਹੁੰਦੀ ਸੀ। ਗੁਰਵਿੰਦਰ ਨੇ ਤੀਸਰੀ ਜਮਾਤ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਤਾਂ ਜਦੋਂ ਪਹਿਲੀ ਦੂਜੀ ਜਮਾਤ ਨੂੰ ਛੁੱਟੀ ਮਿਲਣੀ ਉਹਨਾਂ ਨਾਲ ਹੀ ਘਰ ਨੂੰ ਭੱਜ ਆਇਆ ਕਰੇ। ਅਖੀਰ ਮਾਸਟਰਾਂ ਨੇ ਕਿਸੇ ਨਾ ਕਿਸੇ ਬੱਚੇ ਦੀ ਡਿਊਟੀ ਲਾ ਦੇਣੀ ਵੀ ਪਹਿਲੀ ਦੂਜੀ ਜਮਾਤ ਨੂੰ ਛੁੱਟੀ ਹੋਣ ਵੇਲੇ ਇਹਨੂੰ ਉਹਨਾਂ ਨਾਲ ਘਰ ਨੂੰ ਭੱਜ ਜਾਣ ਤੋਂ ਰੋਕਿਆ ਜਾਏ। ਜਦੋਂ ਉਸ ਬੱਚੇ ਦਾ ਥੋੜ੍ਹਾ ਜਿਹਾ ਵੀ ਧਿਆਨ ਇੱਧਰ ਉੱਧਰ ਹੋਣਾ ਤਾਂ ਗੁਰਵਿੰਦਰ ਨੇ ਫਿਰ ਘਰ ਨੂੰ ਭੱਜ ਜਾਣਾ। ਗੁਰਵਿੰਦਰ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਮਾਸਟਰ ਹੋਰਨਾਂ ਬੱਚਿਆਂ ਨੂੰ ਤਾਂ ਕੋਈ ਗਲਤੀ ਕਰਨ 'ਤੇ ਝੱਟ ਕੁੱਟ ਦਿੰਦੇ ਆ, ਪਰ ਉਹਨਾਂ ਗੁਰਵਿੰਦਰ ਨੂੰ ਕਦੇ ਝਿੜਕਿਆ ਤੱਕ ਵੀ ਨਹੀਂ। ਸ਼ਾਇਦ ਇਹਦਾ ਕਾਰਨ ਇਹ ਹੋਵੇ ਕਿ ਗੁਰਵਿੰਦਰ ਦਾ ਪਿਤਾ ਵੀ ਸਰਕਾਰੀ ਅਧਿਆਪਕ ਸੀ ਅਤੇ ਉਹ ਗੁਰਵਿੰਦਰ ਨੂੰ ਝਿੜਕ ਕੇ ਜਾਂ ਕੁੱਟ ਕੇ ਉਹਦੀ ਨਾਰਾਜ਼ਗੀ ਨਾ ਸਹੇੜਨੀ ਚਾਹੁੰਦੇ ਹੋਣ, ਪਰ ਉਹਨਾਂ ਨੇ ਨਾ ਤਾਂ ਇਹਦੀ ਸ਼ਿਕਾਇਤ ਗੁਰਵਿੰਦਰ ਦੇ ਪਿਤਾ ਕੋਲ ਕੀਤੀ ਅਤੇ ਨਾ ਹੀ ਕੋਈ ਹੋਰ ਉਪਾਅ ਕੀਤਾ। ਉਲਟਾ ਗੁਰਵਿੰਦਰ ਨੂੰ ਦੁਬਾਰਾ ਫਿਰ ਦੂਜੀ ਜਮਾਤ ਵਿੱਚ ਦਾਖਲ ਕਰ ਦਿੱਤਾ ਕਿ ਜੇ ਤੂੰ ਨਹੀਂ ਹਟਦਾ ਤਾਂ ਚੱਲ ਫਿਰ ਦੂਜੀ ਜਮਾਤ ਦੁਬਾਰਾ ਕਰ ਲੈ। ਅਤੇ ਹੁਣ ਗੁਰਵਿੰਦਰ ਖੁਸ਼ ਸੀ ਕਿ ਉਹਨੂੰ ਸਾਰੀ ਛੁੱਟੀ ਵੇਲੇ ਪਹਿਲਾਂ ਘਰ ਜਾਣ 'ਚ ਕੋਈ ਮੁਸ਼ਕਲ ਨਹੀਂ ਸੀ, ਪਰ ਬੇਹੱਦ ਹੈਰਾਨੀ ਦੀ ਗੱਲ ਇਹ ਕਿ ਗੁਰਵਿੰਦਰ ਦੇ ਪਿਤਾ ਨੇ ਕਦੇ ਵੀ ਆਪਣੇ ਬੱਚੇ ਬਾਰੇ ਕੋਈ ਪੁੱਛਗਿੱਛ ਕਰਨ ਦੀ ਜ਼ਰੂਰਤ ਨਾ ਸਮਝੀ ਕਿ ਉਹ ਪੜ੍ਹਾਈ 'ਚ ਕਿਵੇਂ ਹੈ ਜਾਂ ਕਿਹੜੀ ਕਲਾਸ 'ਚ ਪੜ੍ਹਦਾ। ਅਤੇ ਜਦੋਂ ਦੁਬਾਰਾ ਤੀਸਰੀ ਜਮਾਤ 'ਚ ਹੋਇਆ ਤਾਂ ਇਸ ਵਾਰ ਉਹਨੇ ਪਹਿਲੀ ਦੂਜੀ ਜਮਾਤ ਵਾਲਿਆਂ ਨਾਲ ਘਰ ਨੂੰ ਭੱਜਣਾ ਬੰਦ ਕਰਤਾ। ਸ਼ਾਇਦ ਉਹਦਾ ਜਲਦੀ ਘਰ ਜਾਣ ਦਾ ਚਾਅ ਪੂਰਾ ਹੋ ਗਿਆ ਸੀ। ਪ੍ਰਾਇਮਰੀ ਸਕੂਲ ਤੋਂ ਪੰਜ ਜਮਾਤਾਂ ਪਾਸ ਕਰਨ ਤੋਂ ਬਾਅਦ ਗੁਰਵਿੰਦਰ ਨੂੰ ਨਾਲ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ 'ਚ ਦਾਖਲਾ ਦਿਵਾ ਦਿੱਤਾ ਗਿਆ। ਉਹਦੇ ਅਜੀਬੋ ਗਰੀਬ ਸੁਭਾਅ ਦੀ ਉਹਨੂੰ ਵੀ ਕਦੇ ਸਮਝ ਨਹੀਂ ਆਈ। ਹਾਈ ਸਕੂਲ ਦੇ ਨਾਲ ਹੀ ਪ੍ਰਾਇਮਰੀ ਸਕੂਲ ਦੀਆਂ ਕਲਾਸਾਂ ਲੱਗਦੀਆਂ ਸੀ।
ਹਾਈ ਸਕੂਲ ਦੇ ਕਮਰਿਆਂ ਦੀਆਂ ਖਿੜਕੀਆਂ ਉਸ ਪਾਸੇ ਨੂੰ ਖੁੱਲ੍ਹਦੀਆਂ ਸੀ ਜਿੱਧਰ ਖੁੱਲ੍ਹੇ ਅਸਮਾਨ ਥੱਲੇ ਪ੍ਰਾਇਮਰੀ ਕਲਾ ਸਕੂਲ ਦੀਆਂ ਕਲਾਸਾਂ ਲੱਗਦੀਆਂ ਸੀ। ਇੱਕ ਵਾਰ ਦੀ ਗੱਲ ਹੈ, ਜਦੋਂ ਗੁਰਵਿੰਦਰ 8ਵੀਂ ਕਲਾਸ 'ਚ ਸੀ ਤਾਂ ਉਹਨਾਂ ਦਾ ਪੀਰੀਅਡ ਖਾਲੀ ਸੀ ਅਤੇ ਸਾਰੀ ਕਲਾਸ ਰੌਲਾ ਪਾ ਰਹੀ ਸੀ। ਪ੍ਰਾਇਮਰੀ ਸਕੂਲ ਵਾਲੀ ਇੱਕ ਮੈਡਮ ਗੁਰਵਿੰਦਰ ਦੀ ਕਲਾਸ ਵਾਲੀ ਖਿੜਕੀ ਦੇ ਸਾਹਮਣੇ ਆਈ ਅਤੇ ਕਹਿਣ ਲੱਗੀ, ਓਏ ਜਵਾਕੋ, ਰੌਲਾ ਨਾ ਪਾਓ। ਬਾਕੀ ਬੱਚਿਆਂ ਨੇ ਤਾਂ ਕੁਛ ਨਾ ਕਿਹਾ, ਪਰ ਗੁਰਵਿੰਦਰ ਦੇ ਮੂੰਹ ਨਿਕਲ ਗਿਆ ਕਿ ਅਸੀਂ ਤਾਂ ਪਾਵਾਂਗੇ। ਇੱਥੇ ਮੈਡਮ ਕਹਿਣ ਲੱਗੀ, ਖੜ ਜਾ, ਤੈਨੂੰ ਤਾਂ ਦੱਸਦੀ ਹਾਂ ਪਤਾ। ਅਤੇ ਉਹ ਮੈਡਮ ਹਾਈ ਸਕੂਲ ਦੇ ਅੰਦਰ ਆ ਕੇ ਉਹਨੂੰ ਫੜ ਕੇ ਉਹਦੇ ਸਕੂਲ ਦੇ ਇੱਕ ਮਾਸਟਰ ਕੋਲ ਲੈ ਗਈ ਅਤੇ ਉਹਨੂੰ ਸਾਰੀ ਗੱਲ ਦੱਸੀ। ਉਸ ਮਾਸਟਰ ਤੋਂ ਗੁਰਵਿੰਦਰ ਦੇ ਬਹੁਤ ਘੁੱਟ ਪਈ। ਇਹ ਮੂੰਹ ਪਟਕ ਦੇਣੇ ਗੱਲ ਨਿਕਲ ਜਾਣ ਦੀ ਆਦਤ ਗੁਰਵਿੰਦਰ ਨੂੰ ਆਪਣੀ ਨਾਨੀ ਤੋਂ ਮਿਲੀ ਸੀ। ਉਹਦੀ ਨਾਨੀ ਵੀ ਇਸੇ ਤਰ੍ਹਾਂ ਪਟਕ ਦੇਣੇ ਗੱਲ ਪਹਿਲਾਂ ਕਹਿ ਦਿੰਦੀ, ਬਾਅਦ ਸੋਚਦੀ। ਉਹਦੀ ਨਾਨੀ ਦਾ ਤਾਂ ਇਸ ਕਰਕੇ ਸਰ ਗਿਆ ਕਿ ਉਹਨੇ ਬਹੁਤਾ ਸਮਾਂ ਆਪਣੇ ਘਰ 'ਚ ਹੀ ਰਹਿਣਾ ਹੁੰਦਾ ਸੀ। ਗੱਲ ਗੁਰਵਿੰਦਰ ਦੇ ਮੂੰਹੋਂ ਪਹਿਲਾਂ ਨਿਕਲ ਜਾਂਦੀ ਸੀ, ਪਰ ਉਹ ਸੋਚਦਾ ਬਾਅਦ 'ਚ ਸੀ, ਇਹ ਮੈਂ ਕੀ ਕਹਿਤਾ ਅਤੇ ਸ਼ਾਇਦ ਇਹ ਕੋਈ ਬਿਮਾਰੀ ਹੋਵੇ, ਪਰ ਹੈ ਇਹ ਬਹੁਤ ਖਤਰਨਾਕ ਆਦਤ। ਦਿਆ ਸਿੰਘ ਇਹ ਗੱਲ ਨਾ ਕਹਿਣ ਵਾਲੀ ਰਹਿੰਦੀ ਚੰਦਰੀ ਪਰ ਜ਼ੁਬਾਨ ਹੈ ਨਾ। ਇਸੇ ਤਰ੍ਹਾਂ ਦੀ ਇੱਕ ਗੱਲ ਹੋਰ ਹੋਈ। ਸਰਦਾਰ ਬੇਅੰਤ ਸਿੰਘ ਜੋ ਪਿੱਛੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ, ਪਾਇਲ ਹਲਕੇ ਤੋਂ ਚੋਣ ਲੜਦਾ ਹੁੰਦਾ ਸੀ। ਗੁਰਵਿੰਦਰ ਦਾ ਪਿੰਡ ਵੀ ਸਰਦਾਰ ਬੇਅੰਤ ਸਿੰਘ ਦੇ ਪਾਇਲ ਇਲਾਕੇ 'ਚ ਹਲਕੇ 'ਚ ਪੈਂਦਾ ਸੀ। ਅੱਜ ਕੱਲ੍ਹ ਦੇ ਲੀਡਰਾਂ ਦੇ ਉਲਟ ਸਰਦਾਰ ਬੇਅੰਤ ਸਿੰਘ ਵੋਟਾਂ ਦੇ ਦਿਨਾਂ ਤੋਂ ਬਿਨਾਂ ਵੀ ਪਿੰਡਾਂ ਅੰਦਰ ਘੁੰਮਦਾ ਫਿਰਦਾ ਰਹਿੰਦਾ ਸੀ। ਗੁਰਵਿੰਦਰ ਦਾ ਪਿੰਡ ਲਗਭਗ ਸਾਰੇ ਦਾ ਸਾਰਾ ਅਕਾਲੀ ਸੀ। ਸਰਦਾਰ ਬੇਅੰਤ ਸਿੰਘ ਦਾ ਪੱਕਾ ਸਮਰਥਕ ਵਿਹੜੇ ਵਾਲਿਆਂ ਦਾ ਇੱਕੋ ਪਰਿਵਾਰ ਸਰਦਾਰ ਮੁਖਤਿਆਰ ਸਿੰਘ ਦਾ ਸੀ। ਸਰਦਾਰ ਬੇਅੰਤ ਸਿੰਘ ਕੋਲ ਇੱਕ ਪੁਰਾਣੀ ਜੀ ਅੰਬੈਸਡਰ ਕਾਰ ਹੁੰਦੀ ਸੀ, ਜਿਹਦਾ ਕੋਈ ਕਈ ਥਾਵਾਂ ਤੋਂ ਰੰਗ ਵੀ ਲੈ ਗਿਆ ਸੀ। ਉਸੇ 'ਚ ਉਹ ਆਉਂਦਾ ਜਾਂਦਾ ਰਹਿੰਦਾ। ਜਦੋਂ ਵੀ ਉਹਨੇ ਮੁਖਤਿਆਰ ਸਿੰਘ ਦੇ ਘਰ ਆਉਣਾ ਤਾਂ ਮੁਖਤਿਆਰ ਸਿੰਘ ਨੇ ਜਿਨ੍ਹਾਂ ਪੱਲੀਆਂ 'ਚ ਉਹਨਾਂ ਦੀਆਂ ਔਰਤਾਂ ਖੇਤਾਂ 'ਚ ਕੱਖ ਲੈ ਕੇ ਆਉਂਦੀਆਂ ਸੀ, ਉਹ ਲਿਬੜੀਆਂ ਤਿਬੜੀਆਂ ਪੱਲੀਆਂ ਝਾੜ ਕੇ ਵਿਛਾ ਦੇਣੀਆਂ। ਸਰਦਾਰ ਬਸੰਤ ਸਿੰਘ ਨੇ ਉਹਨਾਂ ਪੱਲੀਆਂ 'ਤੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੀ ਜਾਣੀ। ਅੱਜ ਕੱਲ੍ਹ ਦੇ ਕਿਸੇ ਲੀਡਰ ਤੋਂ ਇਹ ਆਸ ਭਲਾ ਕੀਤੀ ਜਾ ਸਕਦੀ ਹੈ। ਖੈਰ, ਗੱਲ ਇਹ ਹੋਈ ਕਿ ਵੋਟਾਂ ਦੇ ਦਿਨ ਸੀ। ਸਰਦਾਰ ਬੇਅੰਤ ਸਿੰਘ ਕਾਂਗਰਸ ਪਾਰਟੀ ਵੱਲੋਂ ਖੜ੍ਹਾ ਸੀ, ਉਹ ਪਿੰਡਾਂ 'ਚ ਘੁੰਮ ਫਿਰ ਕੇ ਪ੍ਰਚਾਰ ਕਰ ਰਿਹਾ ਸੀ। ਗੁਰਵਿੰਦਰ ਦੇ ਪਿੰਡ ਵੀ ਉਹ ਗੇੜੇ ਮਾਰ ਰਿਹਾ ਸੀ ਅਤੇ ਸਰਦਾਰ ਬੇਅੰਤ ਸਿੰਘ ਅੰਬੈਸਡਰ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਹੁੰਦਾ ਸੀ। ਇੱਕ ਦਿਨ ਜਦੋਂ ਗੁਰਵਿੰਦਰ ਦੇ ਪਿੰਡ ਆਇਆ ਤਾਂ ਪਿੰਡ ਦੇ ਇੱਕ ਬੰਦੇ ਨੇ ਇਕੱਠੇ ਹੋਏ ਨਿਆਣਿਆਂ ਨੂੰ ਕਹਿਤਾ ਕਿ ਤੁਸੀਂ ਬੇਅੰਤ ਦੀ ਕਾਰ ਕੋਲ ਜਾ ਕੇ ਇਉਂ ਕਹੋ ਕਿ ਕਾਹਨੂੰ ਮਾਰਦਾ ਬੇਅੰਤਾ ਗੇੜੇ, ਵੋਟ ਪਾਉਣੀ ਤੱਕੜੀ ਨੂੰ। ਬਸ ਫਿਰ ਕੀ ਸੀ, ਗੁਰਵਿੰਦਰ ਸਣੇ 15-16 ਹੋਰ ਨਿਆਣਿਆਂ ਨੇ ਸਰਦਾਰ ਬੇਅੰਤ ਸਿੰਘ ਦੀ ਹੌਲੀ ਹੌਲੀ ਜਾ ਰਹੀ ਕਾਰ ਦੇ ਨਾਲ ਨਾਲ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਉਹ ਪਰੋਕਤ ਤੁੱਕ ਗਾਉਣੀ ਸ਼ੁਰੂ ਕਰਤੇ। ਬਾਕੀ ਨਿਆਣੇ ਤਾਂ ਕਾਰ ਦੇ ਪਿੱਛੇ ਪਿੱਛੇ ਭੱਜ ਕੇ ਗਾਉਂਦੇ ਸੀ, ਪਰ ਗੁਰਵਿੰਦਰ ਕਾਰ ਦੇ ਪਿਛਲੇ ਸ਼ੀਸ਼ੇ ਦੇ ਨਾਲ ਮੂੰਹ ਜੋੜ ਜੋੜ ਕੇ ਉੱਚੀ ਉੱਚੀ ਗਾ ਰਿਹਾ ਸੀ। ਇੱਕ ਵਾਰ ਸਰਦਾਰ ਬੇਅੰਤ ਸਿੰਘ ਨੇ ਟੋਬੇ ਅਤੇ ਤਾਸ਼ ਖੇਡ ਰਹੇ ਬੰਦਿਆਂ ਨੂੰ ਹੱਥ ਲਾਉਣ ਵਾਸਤੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਗੁਰਵਿੰਦਰ ਨੇ ਸਗੋਂ ਦੀ ਕਾਰ ਦੇ ਅੰਦਰ ਤੱਕ ਮੂੰਹ ਲਿਜਾ ਕੇ ਉਪਰੋਕਤ ਤੁੱਕ ਗਾ ਦਿੱਤੀ। ਉਹਦੇ ਕਾਲੀਆਂ ਐਨਕਾਂ ਲੱਗੀਆਂ ਹੋਈਆਂ ਸੀ। ਉਹਨੇ ਲੋਕਾਂ ਨੂੰ ਬਿਨਾਂ ਹੱਥ ਲਾਏ ਸ਼ੀਸ਼ਾ ਬੰਦ ਕਰ ਲਿਆ। ਸ਼ਾਇਦ ਇਹ ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਹੋਵੇ। ਕਾਫ਼ੀ ਸਾਲਾਂ ਬਾਅਦ ਸਰਦਾਰ ਬੇਅੰਤ ਸਿੰਘ ਦਾ ਲੜਕਾ ਅਤੇ ਪੋਤਰਾ ਗੁਰਵਿੰਦਰ ਹੋਰਾਂ ਦੇ ਚੰਗੇ ਜਾਣਕਾਰ ਬਣ ਗਏ ਅਤੇ ਜਦੋਂ ਗੁਰਵਿੰਦਰ ਲਾਅ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਿਆ ਤਾਂ ਇਸੇ ਤਰ੍ਹਾਂ ਦੀ ਇੱਕ ਗੱਲ ਉਹਦੇ ਨਾਲ ਪੜ੍ਹਦੇ ਪਿੰਡ ਦੌਦਪੁਰ ਦੇ ਇੱਕ ਲੜਕੇ ਨੇ ਸੁਣਾਈ। ਉਹਨੇ ਦੱਸਿਆ ਕਿ ਅਸੀਂ ਨਿੱਕੇ ਹੁੰਦੇ ਸਰਦਾਰ ਬੇਅੰਤ ਸਿੰਘ ਦੀ ਕਾਰ ਦੇ ਪਿੱਛੇ ਭੱਜ ਭੱਜ ਕੇ ਇਸ ਤਰ੍ਹਾਂ ਗਾਉਂਦੇ ਹੁੰਦੇ ਸੀ, ਭੀੜੀ ਪਜਾਮੀ ਕਾਲਾ ਕੋਟ, ਬੇਅੰਤ ਨੂੰ ਨਹੀਂ ਪਾਉਣੀ ਵੋਟ। ਬਹੁਤੇ ਪਿੰਡਾਂ 'ਚ ਉਦੋਂ ਝੰਡੀਆਂ ਵੀ ਤੱਕੜੀ ਦੀਆਂ ਲੱਗੀਆਂ ਸੀ ਅਤੇ ਕਾਂਗਰਸ ਦੀ ਝੰਡੀ ਕਿਸੇ ਕਿਸੇ ਘਰ 'ਤੇ ਲੱਗੀ ਹੁੰਦੀ ਸੀ, ਪਰ ਜਦੋਂ ਨਤੀਜਾ ਆਉਣਾ ਤਾਂ ਹਰ ਵਾਰ ਜਿੱਤ ਸਰਦਾਰ ਬੇਅੰਤ ਸਿੰਘ ਦੀ ਹੋ ਜਾਂਦੀ ਸੀ। ਗੁਰਵਿੰਦਰ ਦਾ ਇੱਕ ਹੋਰ ਸ਼ੌਕ ਗਾਉਣ ਵਾਲੀਆਂ ਨੂੰ ਸੁਣਨ ਦਾ ਸੀ, ਜੋ ਜਨੂੰਨ ਦੀ ਹੱਦ ਤੱਕ ਸੀ। ਉਹਨਾਂ ਦਿਨਾਂ 'ਚ ਪਿੰਡਾਂ 'ਚ ਮੁਹੰਮਦ ਸਦੀਕ, ਅਮਰ ਸਿੰਘ ਚਮਕੀਲਾ, ਦੀਦਾਰ ਸੰਧੂ, ਲੱਖੀ ਵੰਜਾਰਾ, ਕਰਤਾਲ ਰਮਲਾ ਆਦਿ ਗਵਈਆਂ ਦੇ ਗਾਉਣ ਲੱਗਦੇ ਹੁੰਦੇ ਸੀ। 15-20 ਕਿਲੋਮੀਟਰ ਤੱਕ ਦੇ ਪਿੰਡਾਂ 'ਚ ਲੱਗਣ ਵਾਲਾ ਸ਼ਾਇਦ ਹੀ ਕੋਈ ਗਾਉਣ ਹੋਵੇ ਜੋ ਗੁਰਵਿੰਦਰ ਨੇ ਨਾ ਸੁਣਿਆ ਹੋਵੇ। ਇਸ ਕੰਮ 'ਚ ਉਹਦਾ ਸਭ ਤੋਂ ਵੱਡਾ ਸਹਾਇਕ ਉਹਦਾ ਤਾਇਆ ਸੀ, ਜੋ ਨੇੜੇ ਨੇੜੇ ਦੇ ਪਿੰਡਾਂ 'ਚ ਗਾਉਣ ਵਾਲੀਆਂ ਦੇ ਲੱਗਣ ਬਾਰੇ ਪਹਿਲਾਂ ਹੀ ਰੌਲਾ ਪੈ ਜਾਂਦਾ ਸੀ ਅਤੇ ਗੁਰਵਿੰਦਰ ਆਪਣੇ ਤਾਏ ਨੂੰ ਕਹਿ ਦਿੰਦਾ ਸੀ ਕਿ ਉਹਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਸਕੂਲੋਂ ਛੁੱਟੀ ਦਵਾ ਲਿਆਏ। ਭਾਵੇਂ ਉਹਦਾ ਤਾਇਆ ਆਪ ਗਾਉਣ ਵਾਲੀਆਂ ਸੁਣਨ ਦਾ ਇੰਨਾ ਸ਼ੌਕੀਨ ਨਹੀਂ ਸੀ, ਪਰ ਗੁਰਵਿੰਦਰ ਦੀ ਸਹਾਇਤਾ ਕਰਨ ਵਾਸਤੇ ਉਹ ਸਦਾ ਹੀ ਤਿਆਰ ਰਹਿੰਦਾ ਸੀ। ਇਸ ਤਰ੍ਹਾਂ ਜਦੋਂ ਸਕੂਲਾਂ 'ਚ ਟੀਕੇ ਲਾਉਣ ਵਾਲੇ ਆਇਆ ਕਰਦੇ ਉਦੋਂ ਵੀ ਗੁਰਵਿੰਦਰ ਦਾ ਤਾਇਆ ਹੀ ਉਹਦੇ ਕੰਮ ਆਉਂਦਾ। ਟੀਕੇ ਲਾਉਣ ਵਾਲੇ ਆਮ ਕਰਕੇ ਅੱਧੀ ਛੁੱਟੀ ਤੋਂ ਥੋੜ੍ਹਾ ਪਹਿਲਾਂ ਆ ਕੇ ਬੈਠ ਜਾਂਦੇ,
ਅਤੇ ਅੱਧੀ ਛੁੱਟੀ ਵੇਲੇ ਚਾਹ ਵਗੈਰਾ ਪੀ ਕੇ ਛੁੱਟੀ ਖਤਮ ਹੋਣ ਤੋਂ ਬਾਅਦ ਟੀਕੇ ਲਾਉਣੇ ਸ਼ੁਰੂ ਕਰਦੇ। ਸਾਰੇ ਬੱਚੇ ਅੱਧੀ ਛੁੱਟੀ ਵੇਲੇ ਚਾਹ ਪਾਣੀ ਜਾਂ ਰੋਟੀ ਵਗੈਰਾ ਖਾਣ ਆਪੋ ਆਪਣੇ ਘਰ ਚਲੇ ਜਾਂਦੇ ਅਤੇ ਅੱਧੀ ਛੁੱਟੀ ਵੇਲੇ ਆਪਣੇ ਘਰ ਚਾਹ ਪੀਣ ਗਿਆ। ਗੁਰਵਿੰਦਰ ਆਪਣੇ ਤਾਏ ਨੂੰ ਕਿਹਾ ਹੁੰਦਾ ਸੀ ਕਿ ਸਕੂਲ 'ਚ ਟੀਕੇ ਲਾਉਣ ਵਾਲੇ ਆਏ ਹੋਏ ਆ, ਇਸ ਕਰਕੇ ਉਹਨੂੰ ਛੁੱਟੀ ਦਿਵਾ ਲਿਆਵੇ। ਬਸ ਫਿਰ ਕੀ ਸੀ, ਉਹਦਾ ਤਾਇਆ ਉਹਨੂੰ ਛੁੱਟੀ ਦਿਵਾਉਣ ਵਾਸਤੇ ਉਸੇ ਵੇਲੇ ਸਕੂਲ ਪਹੁੰਚ ਜਾਂਦਾ। ਅਧਿਆਪਕ ਬਥੇਰਾ ਪਿੱਟਦੇ ਰਹਿ ਜਾਂਦੇ ਵੀ ਬਸ ਟੀਕਾ ਲਗਵਾ ਕੇ ਹੁਣੇ ਭੇਜ ਦਿੰਦੇ ਹਾਂ, ਪਰ ਉਹਦਾ ਤਾਇਆ ਪੈਰਾਂ 'ਤੇ ਪਾਣੀ ਨਾ ਪੈਣ ਦਿੰਦਾ ਅਤੇ ਬਹਾਨਾ ਹੀ ਕੋਈ ਇਹੋ ਜਿਹਾ ਬਣਾਉਂਦਾ ਵੀ ਅਧਿਆਪਕਾਂ ਨੂੰ ਮਜਬੂਰ ਹੋ ਕੇ ਛੁੱਟੀ ਦੇਣੀ ਪੈਂਦੀ। ਤਾਏ ਸੰਬੰਧੀ ਇੱਕ ਗੱਲ ਹੋਰ ਉਹਨੂੰ ਨਹੀਂ ਭੁੱਲਦੀ, ਜਦੋਂ ਉਹਦੇ ਤਾਏ ਨੇ ਬਲਦਾਂ ਨਾਲ ਸੁਹਾਗੀ ਦੇਣੀ ਤਾਂ ਉਹਦੇ ਤਾਏ ਦੀਆਂ ਲੱਤਾਂ ਨੂੰ ਫੜ ਕੇ ਸੁਹਾਗੀ 'ਤੇ ਬੈਠ ਜਾਣਾ ਅਤੇ ਝੂਟੇ ਲੈਣੇ। ਸੁਹਾਗੀ 'ਤੇ ਬੈਠ ਕੇ ਝੂਟੇ ਲੈਣ ਦਾ ਆਨੰਦ ਅੱਜ ਤੱਕ ਵੀ ਉਹਨੂੰ ਨਹੀਂ ਭੁੱਲਦਾ। ਇਸ ਸਭ ਦੇ ਬਾਵਜੂਦ ਗੁਰਵਿੰਦਰ ਪੜ੍ਹਾਈ 'ਚ ਬੇਹੱਦ ਹੁਸ਼ਿਆਰ ਸੀ। ਬੋਰਡ ਦੀ ਹਰ ਜਮਾਤ ਵਿੱਚੋਂ ਸੈਂਟਰ 'ਚੋਂ ਫਸਟ ਆਉਂਦਾ ਅਤੇ ਉਹਨੂੰ ਪੰਜਾਬੀ ਸਕੂਲ ਸਿੱਖਿਆ ਬੋਰਡ ਤੋਂ ਵਜ਼ੀਫਾ ਮਿਲਦਾ। ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸਮੇਂ ਗੁਰਵਿੰਦਰ ਦੇ ਸਕੂਲ ਵਿੱਚ ਪੜ੍ਹਾਉਣ ਵਾਲੀ ਮੈਡਮ, ਜਿਹਨੂੰ ਉਹ ਭੈਣ ਜੀ ਕਹਿੰਦੇ ਸੀ, ਧਾਰਮਿਕ ਸੁਭਾਅ ਦੀ ਸੀ। ਗੁਰਵਿੰਦਰ ਦੀ ਮਾਂ ਅਤੇ ਤਾਈ ਵੀ ਬੇਹੱਦ ਧਾਰਮਿਕ ਵਿਚਾਰਾਂ ਦੀਆਂ ਸੀ। ਇਹਦਾ ਸੁਭਾਅ ਪਹਿਲਾਂ ਕਿਸ ਨੇ ਦਿੱਤਾ ਇਹ ਤਾਂ ਪਤਾ ਨਹੀਂ ਹੋਇਆ। ਹੋਇਆ ਇਹ ਕਿ ਉਹਨਾਂ ਨੇ ਹਫ਼ਤੇ 'ਚ 3 ਕੁ ਦਿਨ ਪਿੰਡ ਦੇ ਗੁਰਦੁਆਰੇ, ਜਿਹੜਾ ਕਿ ਪ੍ਰਾਇਮਰੀ ਸਕੂਲ ਦੇ ਨਾਲ ਲੱਗਵਾਂ ਸੀ, ਵਿੱਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਸਕਲ ਵਾਲੀ ਭੈਣ ਜੀ ਗੁਰਵਿੰਦਰ ਦੀ ਮਾਂ ਅਤੇ ਤਾਈ ਸ਼ਬਦ ਗਾਉਂਦੀਆਂ ਸੀ। ਸਕੂਲ ਵਾਲੀ ਭੈਣ ਜੀ ਗੁਰਵਿੰਦਰ ਦੀ ਮਾਂ ਅਤੇ ਤਾਈ ਸ਼ਬਦ ਗਾਉਂਦੀਆਂ ਸੀ ਅਤੇ ਗੁਰਵਿੰਦਰ ਉਹਦੇ ਤਾਏ ਦਾ ਮੁੰਡਾ ਗੁਰਬੰਧ ਸੀ। ਖੋਰ ਮੁੰਡਾ ਗੋਰਾ ਚਿਮਟੇ 'ਤੇ ਢੋਲਕੀਆਂ ਵਜਾਉਂਦੇ ਸੀ। ਉਹ ਇਸ ਤਰ੍ਹਾਂ ਦੇ ਸ਼ਬਦ ਗਾਉਂਦੇ ਸੀ, ਪਾ ਲੈ ਤੱਤਿਆਂ ਥੰਮਾਂ ਨੂੰ ਜੱਫੀਆਂ, ਦੇਖਾਂ ਤੇਰਾ ਰਾਮ ਰੱਖ ਲਓ, ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ, ਚਿੜੀਆਂ ਚੂੰ ਚੂੰ ਕਰਕੇ ਆਈਆਂ ਬਾਬਾ ਜੀ ਤੇਰੀ ਬਾਣੀ ਸੁਣ ਕੇ, ਲੇਖਾ ਮੰਗੂਗਾ ਧਰਮ ਰਾਜਾ ਬਾਣੀਆਂ ਫਿਰ ਕੀ ਜਵਾਬ ਦੇਵੇਂਗਾ। ਉੱਥੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ, ਹੋੜਾ ਗੁਰਾਂ ਦੇ ਨਾਮ ਵਾਲਾ ਦੇ ਲਈਏ ਜਦੋਂ ਮਨ ਡੋਲਦਾ ਦਿਸੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸਰੇ। ਹਾਲੇ 1 ਮਿੰਟ ਪਹਿਲਾਂ ਤਾਂ ਉਹਨਾਂ ਨੇ ਇਹ ਸ਼ਬਦ ਗਾਇਆ ਹੁੰਦਾ ਸੀ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਅਤੇ ਇਹਦੇ ਮਗਰੇ ਇਹ ਸ਼ਬਦ ਗਾਉਣ ਲੱਗ ਜਾਣਾ, ਚੱਲ ਕੇ ਮਸੀਤ ਕਿਉਂ ਨਾ ਆਇਆ ਵਕਤ ਨਮਾਜ਼ਾਂ ਦੇ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਕਈ ਵਾਰ ਆਪਣੇ ਨਾਨੇ ਨੂੰ ਵੀ ਕਰਦਿਆਂ ਸੁਣਿਆ। ਉਹਦਾ ਨਾਨਾ ਕਈ ਵਾਰ ਆਪਣੀ ਮੌਤ 'ਚ ਆਇਆ ਆ ਸ਼ਬਦ ਗਾਉਣ ਲੱਗ ਪੈਂਦਾ, ਜਿਸ ਵਿੱਚ ਉਹ ਹਿੰਦੂ ਧਰਮ 'ਚ ਵਿਸ਼ੇਸ਼ ਰੁਤਬਾ ਪ੍ਰਾਪਤ ਮਾਤਾ ਨੈਣਾ ਦੇਵੀ ਦੀਆਂ ਸਿਫਤਾਂ ਕਰਦਾ ਹੁੰਦਾ। ਉੱਚੇ ਭੌਣ ਦਾਤੀਏ ਤੇਰੇ ਜਿਸਦੇ ਆਨੰਦਪੁਰ ਦਿਸਦੇ ਆਨੰਦਪੁਰ ਤੋਂ, ਅਗਲੇ ਪਲ ਉਸੇ ਹਿੰਦੂ ਧਰਮ ਦੇ ਜਿਹੜੀ ਤੇਲ ਦੇ ਦਿੰਦਾ, ਆਖੇ ਜੇ ਹਿੰਦੂ ਨਾ ਗੋਬਿੰਦ ਸਿੰਘ ਸੂਰਮੇ, ਜੇ ਹੁੰਦੇ ਨਾ ਗੋਬਿੰਦ ਸਿੰਘ ਸੂਰਮੇ ਤੁਸੀਂ ਕਿੱਥੇ ਰਹਿੰਦੇ ਹਿੰਦੂ ਹੋ। ਅੰਗ 4 10ਵੀਂ ਕਰਨ ਤੋਂ ਬਾਅਦ ਗੁਰਵਿੰਦਰ ਨੂੰ ਮਲੇਰਕੋਟਲੇ ਕਾਲਜ ਵਿੱਚ ਦਾਖਲਾ ਦਵਾਇਆ ਗਿਆ। ਉਹਨੂੰ ਦਾਖਲਾ ਮਿਲਣ 'ਚ ਕੋਈ ਮੁਸ਼ਕਿਲ ਨਾ ਆਈ ਕਿਉਂਕਿ ਉਹਦੇ 10ਵੀਂ 'ਚੋਂ ਬਹੁਤ ਵਧੀਆ ਨੰਬਰ ਸੀ। ਉਹਦੇ ਪਿਤਾ ਦੀ ਇੱਛਾ ਦੇ ਮੁਤਾਬਕ ਉਹਨੂੰ 10+1 ਮੈਡੀਕਲ 'ਚ ਦਾਖਲਾ ਦਵਾਇਆ ਗਿਆ। ਸਾਇੰਸ ਦੀ ਪੜ੍ਹਾਈ ਗੁਰਵਿੰਦਰ ਨੂੰ ਕੋਈ ਪਸੰਦ ਨਹੀਂ ਸੀ, ਪਰ ਜਿਵੇਂ ਉਸ ਵੇਲੇ ਦਾ ਪ੍ਰਚਲਨ ਸੀ, ਜਿਹਨਾਂ ਵਿਦਿਆਰਥੀਆਂ ਦੇ 10ਵੀਂ 'ਚੋਂ ਨੰਬਰ ਜ਼ਿਆਦਾ ਹੁੰਦੇ ਉਹਨਾਂ ਨੂੰ 11ਵੀਂ 'ਚ ਮੈਡੀਕਲ ਜਾਂ ਨੌਨ ਮੈਡੀਕਲ ਹੀ ਦਵਾਇਆ ਜਾਂਦਾ ਸੀ। ਗੁਰਵਿੰਦਰ ਤੋਂ ਕਿਸੇ ਨੇ ਨਹੀਂ ਪੁੱਛਿਆ ਵੀ ਉਹਦੀ ਕੀ ਪੜ੍ਹਨ ਦੀ ਇੱਛਾ। ਆਮ ਵਿਦਿਆਰਥੀਆਂ ਦੇ ਉਲਟ ਗੁਰਵਿੰਦਰ ਉਦੋਂ ਵੀ ਆਪਣੇ ਆਪ ਵਿੱਚ ਇਸ ਗੱਲ ਪ੍ਰਤੀ ਸਪਸ਼ਟ ਸੀ ਕਿ ਉਹ ਕੀ ਪੜ੍ਹਨਾ ਚਾਹੁੰਦਾ ਹੈ। ਉਹ ਤਾਂ ਪੰਜਾਬੀ ਲਿਟਰੇਚਰ, ਫਿਲੋਸਫੀ, ਹਿਸਟਰੀ ਆਦਿ ਵਿਸ਼ੇ ਪੜ੍ਹਨਾ ਚਾਹੁੰਦੇ ਸੀ, ਪਰ ਨਾ ਕਿਸੇ ਨੇ ਉਹਦੀ ਰਾਏ ਪੁੱਛੀ ਅਤੇ ਨਾ ਉਹਨੇ ਦੱਸੀ, ਨਾ ਕਿਸੇ ਨੇ ਉਹ ਤੋਂ ਇਹ ਪੁੱਛਿਆ ਵੀ ਉਹ ਸਾਇੰਸ ਪੜ੍ਹਨਾ ਚਾਹੁੰਦਾ ਵੀ ਹੈ ਕਿ ਨਹੀਂ। ਅਤੇ ਜਦੋਂ 11ਵੀਂ 'ਚ ਮੈਡੀਕਲ ਦੀਆਂ ਕਲਾਸਾਂ ਲਾਉਣ ਲੱਗਿਆ, ਪਤਾ ਨਹੀਂ ਕਿਉਂ ਉਹਦਾ ਮਨ ਉਹਦੇ ਨਾਲ ਪੜ੍ਹਨ ਵਾਲੀ ਇੱਕ ਕੁੜੀ ਵੱਲ ਇੱਕਦਮ ਖਿੱਚਿਆ ਗਿਆ। ਉਹਦੀਆਂ ਸੋਚਾਂ 'ਚੋਂ ਕੁੜੀ ਘੁੰਮਣ ਲੱਗ ਗਈ। ਉਹ ਜਦੋਂ ਘਰ ਜਾਂਦਾ ਉਸ ਵੇਲੇ ਵੀ ਉਹ ਕੁੜੀ ਉਹਦੀਆਂ ਸੋਚਾਂ ਨੂੰ ਘੇਰੀ ਰੱਖਦੀ। ਉਹਨੂੰ ਇੱਕ ਨਸ਼ਾ ਜਿਹਾ ਚੜ੍ਹਨ ਲੱਗ ਪਿਆ। ਉਸ ਵੇਲੇ ਉਹ ਪੱਗ ਬੰਨਦਾ ਸੀ, ਉਹਨੂੰ ਲੱਗਣ ਲੱਗਾ ਕਿ ਉਹਨੂੰ ਵਾਲ ਕਟਵਾ ਦੇਣੇ ਚਾਹੀਦੇ ਆ, ਪਰ ਘਰਦਿਆਂ ਦੇ ਖਾਸ ਕਰਕੇ ਆਪਣੇ ਬਾਪ ਦੇ ਡਰ ਕਾਰਨ ਉਹ ਵਾਲ ਕਟਵਾਉਣ ਦਾ ਵੱਡਾ ਸਟੈਪ ਇੰਨੀ ਛੇਤੀ ਨਾ ਚੁੱਕ ਸਕਿਆ। ਉਹਨੂੰ ਜੋ ਕੁਛ ਹੋਣ ਲੱਗ ਪਿਆ ਸੀ ਇਹ ਵੱਧਦਾ ਹੀ ਜਾ ਰਿਹਾ ਸੀ। ਅਚਾਨਕ ਸਾਰੇ ਭਾਰਤ ਵਿੱਚ ਕਾਲਜਾਂ ਦੇ ਪ੍ਰੋਫੈਸਰਾਂ ਦੀ ਹੜਤਾਲ ਹੋ ਗਈ। ਇਹ ਸੰਨ 1987 ਦਾ ਸਾਲ ਸੀ। ਸਾਰੇ ਕਾਲਜਾਂ 'ਚ ਪੜ੍ਹਾਈ ਠੱਪ ਹੋ ਗਈ।
ਗੁਰਵਿੰਦਰ ਦਾ ਪਿਤਾ ਜਿਸ ਸਕੂਲ 'ਚ ਪੜ੍ਹਾਉਂਦਾ ਸੀ, ਅਚਾਨਕ ਉਸ ਸਕੂਲ ਦੇ ਪ੍ਰਿੰਸੀਪਲ ਨੇ, ਜੋ ਗੁਰਵਿੰਦਰ ਦੇ ਪਿਤਾ ਦਾ ਬੇਹੱਦ ਨਜ਼ਦੀਕੀ ਸੀ, ਇਹ ਫੈਸਲਾ ਕਰ ਲਿਆ ਕਿ ਗੁਰਵਿੰਦਰ ਨੂੰ ਮਲੇਰਕੋਟਲੇ ਤੋਂ ਹਟਾ ਕੇ ਆਪਣੇ ਸਕੂਲ 'ਚ ਲਿਆਂਦਾ ਜਾਏ। ਕਾਲਜਾਂ 'ਚ ਪ੍ਰੋਫੈਸਰਾਂ ਦੀ ਹੜਤਾਲ ਹੋ ਜਾਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਸੀ। ਗੁਰਵਿੰਦਰ ਦੇ ਪਿਤਾ ਦੇ ਸਕੂਲ ਵਿੱਚ ਵੀ 11ਵੀਂ 12ਵੀਂ 'ਚ ਮੈਡੀਕਲ ਅਤੇ ਨੌਨ ਮੈਡੀਕਲ ਪੜ੍ਹਾਈ ਜਾਂਦੀ ਸੀ। ਇਸ ਕਰਕੇ ਸੋਚਿਆ ਗਿਆ ਕਿ ਕਾਲਜ ਦੇ ਪ੍ਰੋਫੈਸਰਾਂ ਦੀ ਹੜਤਾਲ ਦਾ, ਕਿਉਂਕਿ ਕੋਈ ਪਤਾ ਨਹੀਂ ਸੀ ਕਦੋਂ ਖਤਮ ਹੋਏਗੀ, ਇਸ ਕਰਕੇ ਗੁਰਵਿੰਦਰ ਦੀ ਪੜ੍ਹਾਈ ਖਰਾਬ ਹੋਣ ਤੋਂ ਬਚਾਉਣ ਲਈ ਉਹਦਾ ਕਾਲਜ ਬਦਲਣਾ ਜ਼ਰੂਰੀ ਸੀ। ਇਸ ਤੋਂ ਬਾਅਦ ਗੁਰਵਿੰਦਰ ਨੇ ਆਪਣੇ ਪਿਤਾ ਦੇ ਸਕੂਲ 'ਚ ਜਾਣਾ ਸ਼ੁਰੂ ਕਰ ਦਿੱਤਾ। ਕਾਲਜ ਵਾਲੀ ਕੁੜੀ ਦੀ ਗੱਲ ਭੁੱਲ ਭੁਲਾ ਗਈ, ਵਾਲ ਕਟਵਾਉਣ ਦਾ ਵਿਚਾਰ ਵੀ ਖੰਭ ਲਾ ਕੇ ਉੱਡ ਗਿਆ। ਗੁਰਵਿੰਦਰ ਦੇ ਪਿਤਾ ਦੇ ਸਕੂਲ 'ਚ 11ਵੀਂ ਜਮਾਤ ਵਿੱਚ ਫੁੱਲ ਨਕਲ ਚੱਲੀ, ਇੱਥੋਂ ਤੱਕ ਕਿ ਗੁਰਵਿੰਦਰ ਨੂੰ ਨਕਲ ਮਰਵਾ ਕੇ ਮੈਥ ਦਾ ਐਡੀਸ਼ਨਲ ਪੇਪਰ ਵੀ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਉਹਨੇ 11ਵੀਂ 'ਚ ਮੈਡੀਕਲ ਅਤੇ ਨੌਨ ਮੈਡੀਕਲ ਦੋਵੇਂ ਕਰ ਲਏ। 12ਵੀਂ 'ਚ ਫਿਰ ਨਕਲ ਚੱਲੀ, ਫਿਰ ਮੈਥ ਦਾ ਐਡੀਸ਼ਨਲ ਪੇਪਰ ਨਕਲ ਮਰਵਾ ਕੇ ਕਰਵਾ ਦਿੱਤਾ ਗਿਆ। ਹੁਣ ਗੁਰਵਿੰਦਰ ਕੋਲ ਮੈਡੀਕਲ ਅਤੇ ਨੌਨ ਮੈਡੀਕਲ ਦੋਵੇਂ ਸੀ, ਅਤੇ ਕੁੜੀਆਂ ਤਾਂ ਗੁਰਵਿੰਦਰ ਨਾਲ ਇੱਥੇ ਵੀ ਕਾਫ਼ੀ ਪੜ੍ਹਦੀਆਂ ਸੀ, ਪਰ ਉਹਨੇ ਕਿਸੇ ਕੁੜੀ ਵੱਲ ਵੇਖਿਆ ਤੱਕ ਵੀ ਨਾ, ਨਾ ਕਿਸੇ ਕੁੜੀ ਨੇ ਕੋਈ ਖਿੱਚ ਪਾਈ। ਵੇਖਦਾ ਤਾਂ ਉਹ ਕਾਲਜ ਵਾਲੀ ਕੁੜੀ ਵੱਲ ਵੀ ਨਹੀਂ ਸੀ, ਪਰ ਨਾ ਵੇਖਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਉਹਦੇ ਮਨ ਨੂੰ, ਦਿਲ ਅਤੇ ਦਿਲ ਨੂੰ ਕੁਛ ਕੁਛ ਹੋਣ ਲੱਗ ਪੈਂਦਾ ਸੀ। 12ਵੀਂ ਕਰਨ ਤੋਂ ਬਾਅਦ ਗੁਰਵਿੰਦਰ ਆਪਣੇ ਪਿਤਾ ਦੇ ਕਹਿਣ 'ਤੇ ਫਿਰ ਮਲੇਰਕੋਟਲੇ ਕਾਲਜ 'ਚ BSC ਪਾਰਟ ਵਿੱਚ 1 ਵਿੱਚ ਦਾਖਲਾ ਲੈਣ ਵਾਸਤੇ ਗਿਆ। ਮਲੇਰਕੋਟਲੇ ਕਾਲਜ ਵਾਲਿਆਂ ਨੇ ਕੋਰਾ ਜਵਾਬ ਦੇ ਦਿੱਤਾ ਕਿ ਅਸੀਂ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਾ। ਇਸ 'ਤੇ ਗੁਰਵਿੰਦਰ ਨੇ ਰਾੜਾ ਸਾਹਿਬ ਕਾਲਜ ਤੋਂ ਜਾ ਕੇ ਪ੍ਰੋਸਪੈਕਟਸ ਲਿਆਂਦਾ। ਉਹਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਆਪਣੇ ਨਾਨਕੇ ਪਿੰਡ ਨਾਨਾ ਨਾਨੀ ਕੋਲ ਰਹਿ ਕੇ ਪੜ੍ਹਾਈ ਕਰੇਗਾ, ਕਿਉਂਕਿ ਇੱਥੋਂ ਰਾੜਾ ਸਾਹਿਬ ਕਾਲਜ ਨੇੜੇ ਪੈਂਦਾ ਸੀ। ਘਰ ਉਹਨੇ ਪ੍ਰੋਸਪੈਕਟਸ ਵਿਚਲਾ ਫਾਰਮ ਭਰ ਲਿਆ ਅਤੇ ਫੋਟੋਆਂ ਲਗਾ ਲਈਆਂ, ਅਤੇ ਜਦੋਂ ਪਿਤਾ ਜਾਂ ਸਰਪ੍ਰਸਤ ਵਾਲੇ ਖਾਨੇ 'ਚ ਦਸਖਤ ਕਰਾਉਣ ਵਾਸਤੇ ਆਪਣੇ ਪਿਤਾ ਕੋਲ ਗਿਆ ਤਾਂ ਉਹਨੇ ਰਾੜਾ ਸਾਹਿਬ ਪੜ੍ਹਾਈ ਕਰਨ ਤੋਂ ਮਨ੍ਹਾ ਕਰ ਦਿੱਤਾ। ਉਹਨੇ ਮਲੇਰਕੋਟਲੇ ਹੀ ਪੜ੍ਹਨ ਦੀ ਜ਼ਿੱਦ ਕੀਤੀ। ਗੁਰਵਿੰਦਰ ਨੇ ਉਹਨੂੰ ਦੱਸਿਆ ਕਿ ਮਲੇਰਕੋਟਲੇ ਕਾਲਜ ਵਾਲੇ ਕਹਿੰਦੇ ਹੈ ਕਿ ਅਸੀਂ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਾ। ਇਹ ਸੁਣ ਕੇ ਗੁਰਵਿੰਦਰ ਦਾ ਪਿਤਾ ਕੋਈ ਸਕੀਮ ਸੋਚਣ ਲੱਗਾ। ਅਖੀਰ ਉਹਨੇ ਆਪਣੇ ਚਚੇਰੇ ਭਰਾ ਜੋ ਮਲੇਰਕੋਟਲੇ ਵਕੀਲ ਸੀ ਨੂੰ ਕਿਹਾ ਕਿ ਗੁਰਵਿੰਦਰ ਦੇ ਕਾਲਜ ਵਿੱਚ ਦਾਖਲਾ ਦਿਵਾ ਦੇਵੇ। ਗੁਰਵਿੰਦਰ ਦਾ ਇਹ ਚਾਚਾ ਉਸ ਨਾਲ ਮਲੇਰਕੋਟਲੇ ਕਾਲਜ ਵਿੱਚ ਉਹਨੂੰ ਦਾਖਲਾ ਦਿਵਾਉਣ ਵਾਸਤੇ ਗਿਆ। ਕਾਲਜ ਵਾਲਿਆਂ ਨੇ ਫਿਰ ਜਵਾਬ ਦੇ ਦਿੱਤਾ ਕਿ ਅਸੀਂ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਾ। ਗੁਰਵਿੰਦਰ ਦੇ ਚਾਚੇ ਨੇ ਪਿੰਡ ਆ ਕੇ ਇਹ ਗੱਲ ਗੁਰਵਿੰਦਰ ਦੇ ਪਿਤਾ ਨੂੰ ਦੱਸ ਦਿੱਤੀ, ਪਰ ਉਹ ਹਾਲੇ ਵੀ ਗੁਰਵਿੰਦਰ ਨੂੰ ਮਲੇਰਕੋਟਲੇ ਹੀ ਦਾਖਲਾ ਦਿਵਾਉਣ ਲਈ ਬਜ਼ਿੱਦ ਸੀ। ਅਖੀਰ ਇਹ ਸਕੀਮ ਸੋਚੀ ਗਈ ਕਿ ਗੁਰਵਿੰਦਰ ਦੇ ਚਾਚੇ ਦਾ ਇੱਕ ਵਕੀਲ ਮਿੱਤਰ ਗੁਰਪ੍ਰੀਤ ਸਿੰਘ, ਜਿਹਦਾ ਘਰ ਕਾਲਜ ਦੇ ਨੇੜੇ ਕਾਲਜ ਦੇ ਇੱਕ ਸੀਨੀਅਰ ਪ੍ਰੋਫੈਸਰ ਹਰਦੇਵ ਸਿੰਘ ਦੇ ਘਰ ਨਾਲ ਕੰਧ ਸਾਂਝੀ ਸੀ, ਸੋਚਿਆ ਗਿਆ ਕਿ ਗੁਰਵਿੰਦਰ ਦਾ ਚਾਚਾ ਆਪਣੇ ਵਕੀਲ ਦੋਸਤ ਦੀ ਸਿਫਾਰਿਸ਼ ਕਾਲਜ ਦੇ ਪ੍ਰੋਫੈਸਰ ਕੋਲ ਲਗਾਵੇ। ਗੁਰਪ੍ਰੀਤ ਸਿੰਘ ਨੇ ਆਪਣੇ ਤੌਰ 'ਤੇ ਪ੍ਰੋਫੈਸਰ ਹਰਦੇਵ ਸਿੰਘ ਨਾਲ ਗੱਲ ਕੀਤੀ, ਪਰ ਉਹਨੇ ਫਿਰ ਜਵਾਬ ਦਿੱਤਾ ਕਿ ਉਹ ਇਕੱਲਾ ਕੁਝ ਨਹੀਂ ਕਰ ਸਕਦਾ, ਇਹ ਕਾਲਜ ਦਾ ਸਰਬਸੰਮਤੀ ਨਾਲ ਫੈਸਲਾ ਹੈ ਕਿ ਬਾਹਰਲੇ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਨਹੀਂ ਦੇਣਾ। ਗੁਰਪ੍ਰੀਤ ਨੇ ਪ੍ਰੋਫੈਸਰ ਵਾਲੀ ਇਹ ਗੱਲ ਗੁਰਵਿੰਦਰ ਦੇ ਚਾਚੇ ਨੂੰ ਦੱਸ ਦਿੱਤੀ ਅਤੇ ਉਹਨੇ ਅੱਗੋਂ ਗੁਰਵਿੰਦਰ ਦੇ ਪਿਤਾ ਨੂੰ ਦੱਸ ਦਿੱਤੀ। ਉਹਦਾ ਪਿਤਾ ਫਿਰ ਵੀ ਟਸ ਤੋਂ ਮਸ ਨਾ ਹੋਇਆ। ਫਿਰ ਫੈਸਲਾ ਇਹ ਹੋਇਆ ਕਿ ਗੁਰਵਿੰਦਰ ਦਾ ਚਾਚਾ ਅਤੇ ਗੁਰਪ੍ਰੀਤ ਸਿੰਘ ਪ੍ਰੋਫੈਸਰ ਹਰਦੇਵ ਸਿੰਘ ਨੂੰ ਦੁਬਾਰਾ ਇੱਕ ਵਾਰ ਫਿਰ ਮਿਲਣ। ਇਸ ਮਿਲਣੀ 'ਚ ਪ੍ਰੋਫੈਸਰ ਹਰਦੇਵ ਸਿੰਘ ਨੂੰ ਜ਼ੋਰ ਪਾ ਕੇ ਮਨਾ ਲਿਆ ਗਿਆ ਕਿ ਉਹ ਗੁਰਵਿੰਦਰ ਨੂੰ ਕਾਲਜ ਵਿੱਚ ਦਾਖਲਾ ਦਿਵਾਵੇ। ਪ੍ਰੋਫੈਸਰ ਹਰਦੇਵ ਸਿੰਘ ਨੇ ਉਹਨਾਂ ਨੂੰ ਅਗਲੇ ਦਿਨ ਕਾਲਜ 'ਚ ਆਉਣ ਨੂੰ ਕਿਹਾ। ਅਗਲੇ ਦਿਨ ਗੁਰਵਿੰਦਰ ਦਾ ਚਾਚਾ ਆਪਣੇ ਸਕੂਟਰ ਪਿੱਛੇ ਗੁਰਵਿੰਦਰ ਨੂੰ ਬਿਠਾ ਕੇ ਸਿੱਧਾ ਗੁਰਪ੍ਰੀਤ ਸਿੰਘ ਕੋਲ ਵੱਜਿਆ। ਉਹਨੂੰ ਨਾਲ ਲੈ ਕੇ ਉਹ ਕਾਲਜ ਨੂੰ ਚੱਲ ਪਏ। ਪ੍ਰੋਫੈਸਰ ਹਰਦੇਵ ਸਿੰਘ ਪਹਿਲਾਂ ਹੀ ਕਾਲਜ ਪਹੁੰਚਿਆ ਸੀ। ਉਹ ਜਾਂਦਿਆਂ ਹੀ ਪ੍ਰੋਫੈਸਰ ਹਰਦੇਵ ਸਿੰਘ ਨੂੰ ਮਿਲੇ ਅਤੇ ਪ੍ਰੋਫੈਸਰ ਨੇ ਉਹਨਾਂ ਨੂੰ ਨਾਲ ਲੈ ਕੇ ਪ੍ਰਿੰਸੀਪਲ ਨਾਲ ਗੱਲ ਕੀਤੀ। ਗੁਰਵਿੰਦਰ ਬਾਹਰ ਖੜ੍ਹਾ ਰਿਹਾ। ਪ੍ਰਿੰਸੀਪਲ ਨੇ ਪਹਿੰਦੀ ਸੱਟੇ ਜਵਾਬ ਦਿੱਤਾ ਕਿ ਉਹਨਾਂ ਦਾ ਇਹ ਅਟੱਲ ਫੈਸਲਾ ਹੈ ਕਿ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਾ, ਕਿਉਂਕਿ ਉਹਨਾਂ ਦੇ ਆਪਣੇ ਵਿਦਿਆਰਥੀ ਹੀ ਲੋੜੋਂ ਵੱਧ ਸਨ। ਅਤੇ ਉਹ ਪ੍ਰੋਫੈਸਰ ਹਰਦੇਵ ਸਿੰਘ ਨਾਲ ਰਲ ਕੇ ਕੁਛ ਦੇਰ ਪ੍ਰਿੰਸੀਪਲ ਸਾਹਿਬ ਨੂੰ ਮਨਾਉਂਦੇ ਰਹੇ, ਪਰ ਉਹ ਨਾ ਮੰਨਿਆ। ਅਖੀਰ ਨਿਰਾਸ਼ ਹੋ ਕੇ ਘਰ ਨੂੰ ਮੁੜ ਆਏ। ਜਿੰਨੀ ਵਾਰ ਵੀ ਉਹਨਾਂ ਨੂੰ ਮਲੇਰਕੋਟਲੇ ਕਾਲਜ ਤੋਂ ਜਵਾਬ ਮਿਲਦਾ, ਗੁਰਵਿੰਦਰ ਉਨੀ ਵਾਰੀ ਮਨ ਹੀ ਮਨ 'ਚ ਫੈਸਲਾ ਕਰ ਲੈਂਦਾ ਕਿ ਚਲੋ ਉਹ ਰਾੜਾ ਸਾਹਿਬ ਹੀ ਪੜ੍ਹ ਲਏਗਾ। ਘਰ ਆ ਕੇ ਕਾਲਜ ਦਾ ਇਹ ਫੈਸਲਾ ਗੁਰਵਿੰਦਰ ਦੇ ਪਿਤਾ ਨੂੰ ਸੁਣਾ ਦਿੱਤਾ ਗਿਆ ਕਿ ਕਾਲਜ ਵਾਲੇ ਤਾਂ ਟਸ ਤੋਂ ਮਸ ਨਹੀਂ ਹੋ ਰਹੇ, ਅਤੇ ਇੱਧਰ ਗੁਰਵਿੰਦਰ ਦਾ ਪਿਤਾ ਵੀ ਟਸ ਤੋਂ ਮਸ ਨਾ ਹੋਵੇ। ਉਹਨੇ ਉਹਨਾਂ ਨੂੰ ਇੱਕ ਵਾਰ ਫਿਰ ਕੋਸ਼ਿਸ਼ ਕਰਨ ਵਾਸਤੇ ਕਿਹਾ।
ਅਣਮੰਨੇ ਮਨ ਨਾਲ ਉਹਨਾਂ ਫਿਰ ਉਸੇ ਤਰ੍ਹਾਂ ਪ੍ਰੋਫੈਸਰ ਹਰਦੇਵ ਸਿੰਘ ਨੂੰ ਲੈ ਕੇ ਪ੍ਰਿੰਸੀਪਲ ਸਾਹਿਬ ਨੂੰ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕੀਤੀ। ਕੁਝ ਦੇਰ ਦੀ ਟਾਲ ਮਟੋਲ ਤੋਂ ਬਾਅਦ ਇਸ ਵਾਰ ਪ੍ਰਿੰਸੀਪਲ ਗੁਰਵਿੰਦਰ ਨੂੰ ਦਾਖਲਾ ਦੇਣ ਵਾਸਤੇ ਮੰਨ ਗਿਆ। ਉਹਨਾਂ ਨੂੰ ਫਾਰਮ 'ਤੇ ਫੀਸ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ। ਇਹ ਕੰਮ ਕਰਵਾ ਕੇ ਗੁਰਵਿੰਦਰ ਦਾ ਚਾਚਾ ਅਤੇ ਗੁਰਪ੍ਰੀਤ ਸਿੰਘ ਕਚਹਿਰੀਆਂ ਨੂੰ ਚਲੇ ਗਏ ਅਤੇ ਗੁਰਵਿੰਦਰ ਬੱਸ ਚੜ੍ਹ ਕੇ ਪਿੰਡ ਨੂੰ ਆ ਗਿਆ। ਜਦੋਂ ਗੁਰਵਿੰਦਰ ਨੇ ਘਰ ਆ ਕੇ ਆਪਣੇ ਪਿਤਾ ਨੂੰ ਇਹ ਖਬਰ ਸੁਣਾਈ ਕਿ ਕਾਲਜ ਵਾਲਿਆਂ ਨੇ ਉਹਨੂੰ ਦਾਖਲਾ ਦੇ ਦਿੱਤਾ ਤਾਂ ਉਹਦੇ ਚਿਹਰੇ 'ਤੇ ਇੱਕਦਮ ਜੇਤੂ ਮੁਸਕਾਨ ਫੈਲ ਗਈ। ਉਹਦੇ ਖਿੜੇ ਹੋਏ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਹਦੇ ਆਪਣੇ ਗੱਲ 'ਤੇ ਅਟੱਲ ਰਹਿਣ ਦੇ ਫੈਸਲੇ ਨੇ ਸਾਰਿਆਂ ਨੂੰ ਹਰਾ ਦਿੱਤਾ ਹੋਵੇ। ਗੁਰਵਿੰਦਰ ਅਜਿਹੀਆਂ ਗੱਲਾਂ ਅਕਸਰ ਸੁਣਦਾ ਰਹਿੰਦਾ ਕਿ ਲੋਕ ਇਸ ਕਰਕੇ ਪਿੰਡ ਛੱਡ ਕੇ ਸ਼ਹਿਰ 'ਚ ਰਹਿਣ ਲੱਗ ਪਏ ਤਾਂ ਕਿ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾ ਸਕਣ। ਕਈਆਂ ਨੇ ਕਿਰਾਏ 'ਤੇ ਸ਼ਹਿਰ 'ਚ ਮਕਾਨ ਲੈ ਲਿਆ ਅਤੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬੱਚਿਆਂ ਕੋਲ ਰਹਿ ਕੇ ਉਹਨਾਂ ਨੂੰ ਪੜ੍ਹਾਉਂਦਾ ਰਿਹਾ। ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਫਿਰ ਪਿੰਡ 'ਚ ਆ ਕੇ ਰਹਿਣ ਲੱਗ ਪਏ। ਗੱਲ ਕੀ, ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਉਣ ਵਾਸਤੇ ਲੋਕ 100-100 ਪਾਪੜ ਵੇਲਦੇ ਹੈ। ਫਿਰ ਗੁਰਵਿੰਦਰ ਬਾਰੇ ਕੀ ਕਿਹਾ ਜਾਏ। ਜਿਵੇਂ ਕਹਿੰਦੇ ਨੇ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸੁਆਦੀ, ਉਹਨੂੰ ਪੜ੍ਹਾਉਣਾ 100 ਮੁਸੀਬਤਾਂ ਨੂੰ ਸੱਦਾ ਦੇਣ ਦੇ ਬਰਾਬਰ ਸੀ। ਤਾਂ ਫਿਰ ਇਸ ਤਰ੍ਹਾਂ ਸ਼ਾਇਦ ਕੁਝ ਵਿਰਲੇ ਟਾਵੇਂ ਲੋਕ ਅਜਿਹੇ ਵੀ ਹੁੰਦੇ ਹੈ ਜਿਨ੍ਹਾਂ ਦਾ ਅਨਪੜ੍ਹ ਰਹਿਣਾ ਉਹਨਾਂ ਦੇ ਆਪਣੇ ਭਲੇ ਵਾਸਤੇ, ਉਹਨਾਂ ਦੇ ਪਰਿਵਾਰ ਦੇ ਭਲੇ ਵਾਸਤੇ ਅਤੇ ਸਮਾਜ ਦੇ ਭਲੇ ਵਾਸਤੇ ਜ਼ਰੂਰੀ ਹੁੰਦਾ। ਅਜਿਹੇ ਲੋਕਾਂ ਨੂੰ ਮਜਬੂਰ ਕਰਕੇ ਕੋਈ ਵੀ ਕੰਮ ਨਹੀਂ ਕਰਵਾਇਆ ਜਾਣਾ ਚਾਹੀਦਾ। ਗੁਰਵਿੰਦਰ ਦੇ ਮਲੇਰਕੋਟਲੇ ਕਾਲਜ ਵਿੱਚੋਂ ਹਟ ਜਾਣ ਨਾਲ ਇਹ ਗੱਲ ਇਉਂ ਟਲ ਜਾਣੀ ਸੀ ਜਿਵੇਂ ਇੱਕ ਬੰਦਾ ਲੁਧਿਆਣੇ ਤੋਂ ਚੰਡੀਗੜ੍ਹ ਵਾਇਆ ਸਮਰਾਲਾ ਹੋ ਕੇ ਚਲਿਆ ਜਾਏ ਅਤੇ ਦੂਜਾ ਵਾਇਆ ਨਾਭਾ ਪਟਿਆਲਾ ਹੋ ਕੇ ਚਲਿਆ ਜਾਏ। ਅਤੇ ਜੇ ਵਾਇਆ ਨਾਭਾ ਪਟਿਆਲਾ ਹੋ ਕੇ ਜਾਣ ਵਾਲੇ ਬੰਦੇ ਨੂੰ ਵੀ ਸਮਰਾਲੇ ਜਾਣ ਵੱਲ ਦੀ ਜਾਣ ਲਈ ਮਜਬੂਰ ਕੀਤਾ ਜਾਂਦਾ ਤਾਂ ਉਹਦਾ ਚੰਡੀਗੜ੍ਹ ਪਹੁੰਚਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋ ਸਕਣਾ। ਪਹੁੰਚਣਾ ਤਾਂ ਉਹਨੇ ਕੀ ਸੀ, ਉਲਟਾ ਕਰੋੜਾਂ ਦਾ ਨੁਕਸਾਨ ਕਰਵਾ ਸਕਦਾ ਸੀ। ਪਤਾ ਨਹੀਂ ਕਿੰਨਿਆਂ ਕੁ ਦੀ ਜਾਣ ਦਾ ਖੌਅ ਬਣ ਜਾਂਦਾ। ਹਾਂ, ਨਾਭੇ ਪਟਿਆਲੇ ਵੱਲ ਦੀ ਉਹਨੇ ਹੁਣ ਚੰਡੀਗੜ੍ਹ ਪਹੁੰਚ ਜਾਣਾ ਸੀ ਜਿਵੇਂ ਮਲਕੜ ਜਿਹੇ ਕੋਈ ਪੰਛੀ ਇੱਕ ਦਰਖਤ ਤੋਂ ਉੱਡ ਕੇ ਦੂਜੇ 'ਤੇ ਜਾ ਬੈਠੇ। ਹੁਣ ਗੁਰਵਿੰਦਰ ਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਇਸ ਵਾਰ ਨਵੀਂ ਗੱਲ ਇਹ ਕੀਤੀ ਗਈ ਕਿ ਹੁਣ BSC ਪਾਰਟ 1 'ਚ ਗੁਰਵਿੰਦਰ ਦੀ ਸਟਰੀਮ ਬਦਲ ਕੇ ਨੋਨ ਮੈਡੀਕਲ ਕਰ ਦਿੱਤੀ ਗਈ। BSC ਦਾ ਪੂਰਾ ਮੈਥ 10+1 ਅਤੇ 10+2 ਦੇ ਮੈਥ 'ਤੇ ਆਧਾਰਿਤ ਸੀ, ਪਰ 11ਵੀਂ 12ਵੀਂ ਦੇ ਮੈਥ ਦੀ ਤਾਂ ਗੁਰਵਿੰਦਰ ਨੇ ਕਦੇ ਕਿਤਾਬ ਖੋਲ੍ਹ ਕੇ ਵੀ ਨਹੀਂ ਸੀ ਵੇਖੀ ਕਿਉਂਕਿ ਉਹ ਤਾਂ ਮੈਡੀਕਲ ਪੜ੍ਹਦਾ ਰਿਹਾ ਸੀ। ਪਾਰਟ 1 'ਚ ਮੈਡੀਕਲ ਤੋਂ ਬਦਲ ਕੇ ਨੋਨ ਮੈਡੀਕਲ ਕਰਨ ਮੌਕੇ ਵੀ ਕਿਸੇ ਪੜੂਏ ਨੇ ਗੁਰਵਿੰਦਰ ਤੋਂ ਨਹੀਂ ਪੁੱਛਿਆ ਕਿ ਤੂੰ ਨੋਨ ਮੈਡੀਕਲ ਪੜ੍ਹ ਵੀ ਲਏਂਗਾ ਕਿ ਨਹੀਂ, ਕਿਉਂਕਿ +1 ਅਤੇ +2 ਦੇ ਮੈਥ ਦਾ ਤਾਂ ਉਹਨੇ ਇੱਕ ਅੱਖਰ ਵੀ ਨਹੀਂ ਪੜ੍ਹਿਆ ਸੀ। ਉਹੀ ਸਾਰਾ ਤਾਂ BSC ਦੇ ਮੈਥ ਦਾ ਆਧਾਰ ਸੀ। ਬਸ ਫਿਰ ਕੀ ਹੋਣਾ ਸੀ, ਉਹੀ ਹੋਇਆ ਜੋ ਅਜਿਹੇ ਮਾਮਲੇ 'ਚ ਹਰ ਕਿਸੇ ਨਾਲ ਹੋਏਗਾ। ਹਰ ਸਾਲ ਮੈਥ ਵਿੱਚੋਂ ਕੰਪਾਰਟਮੈਂਟ ਆ ਜਾਂਦੀ ਸੀ। ਹੁਣ ਗੁਰਵਿੰਦਰ ਨੇ ਵੀ ਬਾਕੀ ਵਿਦਿਆਰਥੀਆਂ ਦੀ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਟਿਊਸ਼ਨ ਪੜ੍ਹਨੀ ਸ਼ੁਰੂ ਕਰ ਦਿੱਤੀ। ਪ੍ਰੋਫੈਸਰ ਹਰਦੇਵ ਸਿੰਘ ਕੋਲੋਂ ਨੇ ਫਿਜ਼ਿਕਸ ਦੀ ਟਿਊਸ਼ਨ ਪੜ੍ਹਨੀ ਸ਼ੁਰੂ ਕਰਤੀ। ਸਰ ਪ੍ਰੋਫੈਸਰ ਬਖਤੌਰ ਸਿੰਘ ਕੋਲ ਮੈਥਮੈਟਿਕਸ ਦੀ ਅਤੇ ਪ੍ਰੋਫੈਸਰ ਭਾਰਤੀ ਕੋਲ ਕੈਮਿਸਟਰੀ ਦੀ ਟਿਊਸ਼ਨ ਪੜ੍ਹਨੀ ਸ਼ੁਰੂ ਕਰ ਦਿੱਤੀ। ਕਾਲਜ ਵਿੱਚ ਪੜ੍ਹਾਈ ਦੇ ਨਾਲ ਨਾਲ ਪ੍ਰਾਈਵੇਟ ਟਿਊਸ਼ਨਾਂ ਪੜ੍ਹਨ ਦੇ ਬਾਵਜੂਦ ਵੀ BSC ਪਾਰਟ 1 ਵਿੱਚੋਂ ਗੁਰਵਿੰਦਰ ਫੇਲ ਹੋ ਗਿਆ। ਫੇਲ ਤਾਂ ਹੋਣਾ ਹੀ ਸੀ, 11ਵੀਂ 12ਵੀਂ ਜੋ ਸਾਰੀ ਦੀ ਸਾਰੀ ਨਕਲਾਂ ਮਾਰ ਕੇ ਪਾਸ ਕੀਤੀ ਸੀ ਅਤੇ ਰਹਿੰਦੀ ਖੁੰਦੀ ਕਸਰ ਮੈਡੀਕਲ ਤੋਂ ਬਦਲ ਕੇ ਨੋਨ ਮੈਡੀਕਲ ਕਰ ਦੇਣ ਲਈ ਕੱਢ ਦਿੱਤੀ ਸੀ। ਧੰਨਵਾਦ।